खेती कानूनों लैके एक पासे किसानों का संघर्ष जारी है, दूजे पासे केंद्र सरकार ने एक बार मुड़ तो चिट्ठी भेजी है किसानों के गलबात लिए अगे आने पर इस चिट्ठी के कहा गया है कि किसान जथेबंदियां खुद तरीक तय कर पर इस सब के विचाले जो दोवें धिरां दे विचाले एक डेडलॉक बनया होया है कि वो हल होगा तो की कुछ इसका अगे हल निकल सकता है किस तरीके पूरा अंदोलन चल रहा साडे नाल खेतीबाड़ी माहर ने रमनदीप सिंह मान ने उन्होंने गलबात कर दिया सर किस तरीके फिलहाल जो डेडलॉक बनया होया दोवें धिरां दे विच उन्हें तुसीं किवें वेख रहे हो। देखो जी आए हैं जिहड़ी मेन प्रॉब्लम है सरकार कह रही है कि असी जिहड़े फार्म लॉज है वो आई रहेंगे तो असी वापस नहीं लवेंगे तो जिहड़ी फार्मर की यूनियन है जिहड़े भी साढ़े लीडर हैगे उन्हां दा भी स्पष्ट मत है तो जिहड़े इत्थे आए हुए किसान उन्हां दा भी स्पष्ट मत है कि ये असी नहीं मन्नांगे अमेंडमेंट तुसीं ये जिहड़े फार्म लॉज है इन्हां नूं वापस ले लो। ठीक है हुण इत्थे आ के ये तो अगे हुण गल हो नहीं रही, गल हो इसलिए नहीं रही क्योंकि जिहड़ी स्पेस हुंदी है ना वो स्पेस तो है नहीं गी हुण इत्थे भी अड़ गए तो इत्थे भी अड़ गए तो हुण अगे दा राह तां इह है कि उन्होंने जिहड़ी चीज़ आखी है कि उन्होंने ऐ लिखती कि भई असी तुहानूं देती चिट्ठी देती तो तुसीं आ जाओ पर हुण प्रॉब्लम यह है कि जे सरकार उस चीज़ ते अड़ी है कि असी तां वापस नहीं लवांगे तुसीं अमेंडमेंट करा लो तो जिहड़े आला पासा हैगा वो कहिंदा असीं अमेंडमेंट नहीं मानते तुसीं वापस लो तो ये तां थोड़ा जिहा देखो सरकार तां सरकार है असीं उन्हां दे वोट हैं राइट जिहड़ा इनीशिएटिव है उन्हां दे वल्लों होना चाहिए वो जे आए आखन कि भी तुसीं आओ तो सही तुसीं आओ तो असीं अगे की गल करांगे फिर तो यह कुछ गल अगे वधूगी। बाकी हुण यूनियनस के जिहड़े लीडर है उन्हां दी मीटिंग हुई सी कल भी हुई सी ਅੱਜ ਨਹੀਂ ਹੋਈ ਮੇਰੇ ਖਿਆਲ ਨਾਲ ਭਾਵਨਾ ਕਿਉਂਕਿ ਜਥੇਬੰਦੀਆਂ ਕਹਿੰਦੀ ਨੇ ਕਿ ਯੈਸ ਤੇ ਨੋ ਦੇ ਵਿੱਚੋਂ ਜਵਾਬ ਮੰਗ ਰਹੀਆਂ ਸੀ ਸਰਕਾਰ ਨੇ ਕਿਹਾ ਸੀ ਕਿ ਉਹਨਾਂ ਨੂੰ ਇਹ ਰਵਈਆ ਜਿਹੜਾ ਹੈ ਉਹ ਛੱਡਣਾ ਚਾਹੀਦਾ ਹੈ ਗੱਲਬਾਤ ਤਾਂ ਹੀ ਅੱਗੇ ਵਧੇਗੀ। ਉਹੀ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਨਾ ਕਿ ਉਹ ਵੀ ਅੜ ਗਏ ਅਤੇ ਇੱਥੇ ਵੀ ਅੜ ਗਏ ਅਤੇ ਇਹ ਜਿਹੜੀ ਰਿਸਪੋਂਸੀਬਿਲਿਟੀ ਹੈ ਸਰਕਾਰ ਦੀ ਹੈ ਕਿ ਉਹ ਇੱਕ ਸਟੈਪ ਹੋ ਜਾਵੇ ਵਾਪਸ ਇੱਕ ਸਟੈਪ ਵਾਪਸ ਹੋ ਕੇ ਉਹ ਫਾਰਮਰ ਯੂਨੀਅਨ ਨੂੰ ਆਖੇ ਕਿ ਵੀ ਵਿਦ ਐਨ ਓਪਨ ਮਾਈਂਡ ਅਸੀਂ ਫਿਰ ਜਿਹੜੀ ਗੱਲਬਾਤ ਹੈਗੀ ਅਸੀਂ ਸਟਾਰਟ ਕਰਾਂਗੇ। ਤੁਹਾਨੂੰ ਕਿੰਨੀ ਸੰਭਾਵਨਾ ਲੱਗਦੀ ਹੈ ਕਿ ਸਰਕਾਰ ਜੇ ਕਹਿੰਦੀ ਹੈ ਕਿ ਅਸੀਂ ਸੋਧਾਂ ਕਰਨ ਲਈ ਪੂਰੀ ਤਰ੍ਹਾਂ ਦੇ ਨਾਲ ਤਿਆਰ ਹਾਂ ਕਿ ਇਸ ਤੋਂ ਪਹਿਲਾਂ ਵੀ ਜੋ ਮੰਗਾਂ ਚੁੱਕੀਆਂ ਗਈਆਂ ਸੀ ਉਹਨਾਂ ਵਾਰੀ ਇੱਕ ਪ੍ਰਸਤਾਵ ਭੇਜਿਆ ਗਿਆ ਸੀ ਉਹ ਕਿਸਾਨ ਜਥੇਬੰਦੀਆਂ ਨੇ ਰਿਜੈਕਟ ਕਰਤਾ ਸਰਕਾਰ ਹੁਣ ਵੀ ਕਹਿ ਰਹੀ ਹੈ ਕਿ ਅਸੀਂ ਜਿਹੜੀਆਂ ਤੁਸੀਂ ਕਹੋਗੇ ਗੱਲਾਂ ਅਸੀਂ ਮੰਨਣ ਲਈ ਤਿਆਰ ਹਾਂ ਤਾਂ ਇਸ ਵਿੱਚ ਵਾਲੇ ਜਥੇਬੰਦੀਆਂ ਜਿਹੜੀਆਂ ਨੇ ਉਹ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਗੱਲਬਾਤ ਅੱਗੇ ਤੋਰਨੀ ਚਾਹੀਦੀ ਹੈ ਜਾਂ ਆਪਣੀ ਇਸ ਗੱਲ ਤੇ ਪੱਕੇ ਰਹਿਣਾ ਚਾਹੀਦਾ ਹੈ ਕਿ ਕਾਨੂੰਨੀ ਪੂਰੀ ਤਰ੍ਹਾਂ ਰੱਦ ਕਰੋ। ਦੇਖੋ ਮੇਰੇ ਹਿਸਾਬ ਨਾਲ ਜਥੇਬੰਦੀਆਂ ਦਾ ਜਿਹੜਾ ਸਟੈਂਡ ਆ ਉਹ ਠੀਕ ਹੈ ਕਿ ਇਹਨਾਂ ਜਿਹੜੇ ਫਾਰਮ ਲੌਜ਼ ਹੈ ਇਹ ਹੋਣੇ ਚਾਹੀਦੇ ਵਾਪਸ ਉਹ ਤੋਂ ਬਾਅਦ ਜੇ ਸਰਕਾਰ ਦੀ ਇੱਛਾ ਹੈਗੀ ਹੈ ਕਿ ਵੀ ਨਹੀਂ ਅਸੀਂ ਰਿਫੋਰਮਸ ਲੈ ਕੇ ਆਉਣੇ ਹਾਂ ਜਾਂ ਅਸੀਂ ਕੋਈ ਫਾਰਮ ਲੌਜ਼ ਲੈ ਕੇ ਆਉਣੇ ਹਾਂ ਸਾਰੇ ਜਿਹੜੇ ਸਟੇਕ ਹੋਲਡਰ ਹੈ ਫਾਰਮਰਸ ਲੈ ਲਓ ਐਗਰੀਕਲਚਰ ਐਕਸਪਰਟਸ ਲੈ ਲਓ ਮਤਲਬ ਇਕਨੋਮਿਸਟ ਲੈ ਲਓ ਐਗਰੀਕਲਚਰ ਇਕਨੋਮਿਸਟ ਲੈ ਲਓ ਐਕਸ ਵਾਈ ਜ਼ੈਡ ਜੋ ਵੀ ਮਤਲਬ ਸਟੇਕ ਹੋਲਡਰਸ ਹੈ ਸਾਰਿਆਂ ਨੂੰ ਬੁਲਾ ਲਓ ਸਾਰਿਆਂ ਦੇ ਜਿਹੜੇ ਇਸ਼ੂਜ਼ ਹੈਗੇ ਆ ਉਹ ਸੁਣ ਲਓ ਉਹਨਾਂ ਨੂੰ ਐਡਰੈਸ ਕਰ ਦਿਓ ਅਤੇ ਫਿਰ ਹੋਰ ਫਾਰਮ ਲੌਜ਼ ਲਿਓ ਮਤਲਬ ਉਹਦੇ 'ਚ ਕੀ ਪ੍ਰੋਬਲਮ ਹੈ। ਪਰ ਤੁਹਾਨੂੰ ਕੀ ਲੱਗਦਾ ਵੀ ਸਰਕਾਰ ਕਿਉਂ ਨਹੀਂ ਲੈਣਾ ਚਾਹੁੰਦੀ ਵਾਪਸ ਕੀ ਸਰਕਾਰ ਨੂੰ ਡਰ ਹੈ ਕਿ ਜੇ ਅਸੀਂ ਇਹ ਵਾਪਸ ਲੈਂਦੇ ਹਾਂ ਤਾਂ ਜਿਹੜੇ ਹੋਰ ਬਾਕੀ ਕਾਨੂੰਨਾਂ ਨੂੰ ਲੈ ਕੇ ਵਿਰੋਧ ਹੋਇਆ ਸੀ ਉਹ ਵੀ ਦੁਬਾਰਾ ਖੜੇ ਹੋ ਸਕਦੇ? ਦੇਖੋ ਮੇਰੇ ਹਿਸਾਬ ਨਾਲ ਪ੍ਰੋਬਲਮ ਇਹ ਹੈ ਕਿ ਸਰਕਾਰ ਨੂੰ ਇਹ ਹੈ ਕਿ ਜਿਹੜੀ ਸਾਡੀ ਇਮੇਜ ਹੈ ਨਾ ਕਿ ਵੀ ਸਾਡੀ 56 ਇੰਚ ਦੀ ਜਿਹੜੀ ਹੈਗੀ ਛਾਤੀ ਹੈ ਹੈ ਨਾ ਅਤੇ ਜੇ ਅਸੀਂ ਹੋਏ ਵਾਪਸ ਫਿਰ ਉਹਨਾਂ ਨੂੰ ਅੱਗੇ ਲੌਸ ਹੋ ਜਿਹੜੇ ਇਲੈਕਸ਼ਨਸ ਵਗੈਰਾ ਹੈ ਉਹਦੇ ਜਿਹੜੀ ਉਹਨਾਂ ਦੀ ਇਮੇਜ ਹੈ ਉਹਨੂੰ ਡੈਂਟ ਪਊਗਾ ਅਤੇ ਆਹੀ ਰੀਜ਼ਨ ਹੈ ਕਿ ਉਹ ਐਂ ਕਹਿੰਦੇ ਕਿ ਅਸੀਂ ਤਾਂ ਸਟੈਡਫਾਸਟ ਇਹਦੇ 'ਤੇ ਖੜ੍ਹੇ ਹਾਂ ਅਤੇ ਅਸੀਂ ਫਾਰਮ ਲੌਜ਼ ਨੂੰ ਇੱਕਦਮ ਵਾਪਸ ਨਹੀਂ ਲਵਾਂਗੇ। ਤੁਸੀਂ ਇਹ ਦੱਸੋ ਕਿ ਜਿਹੜਾ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਇਹਨਾਂ ਦੇ ਨਾਲ ਵੱਡੇ ਪੱਧਰ 'ਤੇ ਕਿਸਾਨਾਂ ਨੂੰ ਮੰਡੀ ਬਾਜ਼ਾਰ ਮਿਲੇਗਾ ਜੇ ਪ੍ਰਾਈਵੇਟ ਅਦਾਰੇ ਆਉਂਦੇ ਨੇ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰ ਦੇ ਜਿਹੜੇ ਇਹ ਦਾਅਵੇ ਨੇ ਉਹ ਕਿੱਥੇ ਉਹਨਾਂ ਦੇ ਵਿੱਚ ਕਮੀ ਕਿੱਥੇ ਆਉਂਦੀ ਹੈ ਕਿ ਸਰਕਾਰ ਜੋ ਗੱਲ ਕਹਿ ਰਹੀ ਹੈ ਉਹ ਕਿਸਾਨਾਂ ਨੂੰ ਚੰਗੀ ਕਿਉਂ ਨਹੀਂ ਲੱਗ ਰਹੀ? ਦੇਖੋ ਜੇ ਤੁਸੀਂ ਐਕਸਪੀਰੀਅੰਸ ਦੇ ਹਿਸਾਬ ਨਾਲ ਹੀ ਦੇਖ ਲਓ ਜਿਵੇਂ ਆਪਣਾ ਸਟੇਟ ਆ ਬਿਹਾਰ ਹੈ 15 ਈਅਰਸ ਹੋ ਗਿਆ ਮੇਰੇ ਖਿਆਲ 14-15 ਸਾਲ ਹੋ ਗਿਆ ਉੱਥੇ APMC ਹਟਾ ਦਿੱਤੀ ਸੀ ਉੱਥੇ ਦਾ ਕੋਈ ਇਨਵੈਸਟਮੈਂਟ ਹੋਇਆ ਨਹੀਂ ਮੰਡੀ 'ਚ ਅੱਜ ਵੀ ਜਿਵੇਂ ਹੁੰਦੀ ਹੈ ਰੋਡ ਉਹ ਬਈ ਉਹਦੇ 'ਤੇ ਹੁੰਦੀ ਹੈ ਮੰਡੀ ਅੱਜ ਵੀ ਜਿਹੜੀ MSP ਦੀ ਜਿਹੜੀ ਪ੍ਰੋਕਿਓਰਮੈਂਟ ਹੈ ਜਿਹੜਾ ਉਹਨਾਂ ਦਾ ਸੀ ਜਿਹੜਾ ਹੁੰਦਾ ਟਾਰਗੇਟ ਸੀਗਾ ਲਾਸਟ ਈਅਰ 1% ਜਿਹੜਾ ਸੀ ਟਾਰਗੇਟ ਜਿਹੜਾ ਰੁਪਈਆ ਪੈਸਾ ਆਉਣਾ ਸੀ ਫਰੋਮ ਦਾ ਸੈਂਟਰ ਉਹਦਾ ਵੀ 1% ਪ੍ਰੋਕਿਓਰਮੈਂਟ ਹੋਇਆ ਅਤੇ ਇਹ ਮੈਨੂੰ ਤਾਂ ਸਮਝ ਨਹੀਂ ਆਉਂਦਾ ਕੌਣ ਸੇ ਹਿਸਾਬ ਨਾਲ ਐਂ ਕਹਿੰਦੇ ਆ ਕਿ ਵੀ ਐਗਰੀਕਲਚਰ ਇਨਵੈਸਟਮੈਂਟ ਇਨਕਰੀਜ਼ ਹੋਊਗਾ ਜਦੋਂ ਸਾਡੇ ਕੋਲ ਐਕਸਪੀਰੀਅੰਸ ਹੈਗਾ ਜੇ ਤਾਂ ਉਹ ਐਕਸਪੀਰੀਅੰਸ ਹੁੰਦਾ ਕਾਮਯਾਬ ਫਿਰ ਤਾਂ ਇਹਨਾਂ ਦੇ ਆਰਗੂਮੈਂਟ 'ਚ ਫਿਰ ਤਾਂ ਅਸੀਂ ਕਹਿੰਦੇ ਵੀ ਕਿ ਵੀ ਠੀਕ ਹੈ ਇਟ ਇਜ਼ ਪੋਸੀਬਲ ਉਹ ਸਾਡੇ ਕੋਲ ਮਤਲਬ ਐਗਜ਼ਾਮਪਲ ਹੀ ਹੈਗਾ ਲਾਈਵ ਐਗਜ਼ਾਮਪਲ ਹੈ ਉਹ।
ਤੁਹਾਨੂੰ ਲੱਗਦਾ ਕਿ ਜੇ ਜਿਵੇਂ ਪੰਜਾਬ ਜਾਂ ਹਰਿਆਣੇ ਦੇ ਵਿੱਚ ਮੰਡੀ ਸਿਸਟਮ ਬਿਹਤਰ ਪੂਰੇ ਮੁਲਕ ਦੇ ਵਿੱਚ ਹੋ ਰਿਹਾ ਹੈ, ਜੇ ਇੱਥੋਂ ਦੇ ਕਿਸਾਨ ਚਾਹੁੰਦੇ ਨੇ ਕਿ ਅਸੀਂ ਉਸੇ ਸਿਸਟਮ ਦੇ ਵਿੱਚ ਰਹਿਣਾ ਚਾਹੁੰਦੇ ਹਾਂ, ਤੁਹਾਨੂੰ ਲੱਗਦਾ ਕਿ ਸਰਕਾਰ ਨੂੰ ਇਹ ਗੱਲ 'ਤੇ ਵਿਚਾਰ ਕਰਨਾ ਚਾਹੀਦਾ ਕਿ ਬਾਕੀ ਸਟੇਟਾਂ ਦੇ ਵਿੱਚ ਜਿੱਥੇ ਇਹ ਸਿਸਟਮ ਨਹੀਂ ਹੈਗਾ ਉੱਥੇ ਇਸ ਇਹਨਾਂ ਕਾਨੂੰਨ ਨੂੰ ਲਾਗੂ ਕਰਕੇ ਪਹਿਲਾਂ ਇੱਕ ਵਾਰੀ ਇਸ ਦਾ ਤਜਰਬਾ ਕਰਕੇ ਵੇਖ ਲਵੇ? ਦੇਖੋ, ਜੇ ਤਾਂ ਤੁਸੀਂ ਐਂ ਗੱਲ ਕਰ ਰਹੇ ਹੋ ਫਿਰ ਤਾਂ ਠੀਕ ਹੈ, ਬਟ ਜੇ ਕੋਈ ਐਕਟ ਲੈ ਕੇ ਆਇਓ ਤੁਸੀਂ ਫਰੋਮ ਦਾ ਪਾਰਲੀਮੈਂਟ, ਉਹ ਐਂ ਤਾਂ ਹੋ ਨਹੀਂ ਸਕਦਾ ਕਿ ਇੱਕ ਸਟੇਟ 'ਚ ਲਾਗੂ ਹੋਊਗਾ ਅਤੇ ਜਿਹੜੇ ਹੋਰ ਸਟੇਟ ਆ ਉਹਦੇ 'ਚ ਲਾਗੂ ਨਹੀਂ ਹੋਊਗਾ। ਜੇ ਲਾਗੂ ਹੋਊਗਾ ਤਾਂ ਹਰੇਕ ਸਟੇਟ 'ਚ ਹੋਊਗਾ। ਅਤੇ ਹਾਂ, ਜੇ ਇਹ ਹੋ ਸਕਦਾ, ਜੇ ਪੋਸੀਬਲ ਹੋ ਸਕਦਾ ਤਾਂ ਇਟ ਕੈਨ ਬੀ ਅ ਵੇ ਆਊਟ। ਅੱਛਾ, ਤੁਸੀਂ ਹੁਣ ਅੱਗੇ ਕੀ ਕਿਸ ਤਰੀਕੇ ਨਾਲ ਹੁਣ ਤੱਕ ਦਾ ਅੰਦੋਲਨ ਤੁਸੀਂ ਦੇਖਿਆ ਕਿ ਮਹੀਨਾ ਇੱਥੇ ਹੋਣ ਵਾਲਾ ਦਿੱਲੀ ਪਹੁੰਚਿਆ ਨੂੰ, ਹੁਣ ਤੱਕ ਦਾ ਅੰਦੋਲਨ ਤੁਸੀਂ ਕੀ ਬਦਲਾਅ ਦੇਖ ਰਹੇ ਹੋ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਦੇ ਦਿਨ ਤੱਕ? ਦੇਖੋ, ਮੈਂ ਇੱਕ ਚੀਜ਼ ਕਹਿੰਦਾ ਕਿ ਜਿਹੜੀ ਚੀਜ਼ ਮੈਂ ਉਦਣ ਵੀ ਦੇਖੀ ਸੀ ਅਤੇ ਅੱਜ ਵੀ ਦੇਖੀ ਆ, 100 ਜੇ ਇੱਥੇ ਹੈਗਾ ਬੰਦਾ, 100 ਬੰਦੇ ਤੋਂ ਪੁੱਛ ਲਓ ਕਿ ਵੀ ਜਦੋਂ ਤੱਕਰ ਕਾਨੂੰਨ ਜੇ ਹੁੰਦੇ ਆ ਵਾਪਸ, ਫਿਰ ਤਾਂ ਉਹ ਕਹਿਣਗੇ ਅਸੀਂ ਵਾਪਸ ਜਾਵਾਂਗੇ, ਅਤੇ ਜੇ ਹੁੰਦੇ ਨਹੀਂ ਵਾਪਸ, ਉਹ ਉਦਣ ਵੀ ਇਹੀ ਸੀਗਾ ਕਿ ਕਾਨੂੰਨ ਵਾਪਸ ਕਰਾ ਕੇ ਹੀ ਜਾਵਾਂਗੇ, ਅੱਜ ਵੀ ਇਹੀ ਹੈ ਕਿ ਕਾਨੂੰਨ ਵਾਪਸ ਕਰਾ ਕੇ ਹੀ ਜਾਵਾਂਗੇ। ਅਤੇ ਇੱਕ ਮਹੀਨਾ ਜੋ ਮੇਰੀ ਜੋ ਸੋਚ ਹੈਗੀ ਹੈ, ਜੋ ਮੇਰਾ ਐਕਸਪੀਰੀਅੰਸ ਆ, ਇੱਕ ਮਹੀਨਾ ਹੋਰ ਬਹਿ ਜਾਓ ਇਹ ਹੋਰ ਸਟਰੋਂਗ ਹੋ ਜੂਗਾ, ਇੱਕ ਮਹੀਨਾ ਹੋਰ ਬਹਿ ਜਾਓ ਇਹ ਹੋਰ ਸਟਰੋਂਗ ਹੋ ਜੂਗਾ। ਅਤੇ ਹੁਣ ਲੱਗਦਾ ਓਨਸ ਜਿਹੜਾ ਓਨਸ ਹੈ ਨਾ, ਉਹ ਤਾਂ ਹੁਣ ਸਰਕਾਰ 'ਤੇ ਹੈ ਕਿ ਉਹ ਇੱਕ ਸਟੈਪ ਲਏ ਬੈਕ ਅਤੇ ਫਿਰ ਸਟਾਰਟ ਹੋਣੇ ਕੁਛ। ਭੁੱਖ ਹੜਤਾਲ ਜਿਹੜੀ ਸ਼ੁਰੂ ਕੀਤੀ ਗਈ ਆ, ਉਹਦੇ ਨਾਲ ਤੁਹਾਨੂੰ ਲੱਗਦਾ ਕਿ ਦਬਾਅ ਹੋਰ ਬਣੇਗਾ ਸਰਕਾਰ? ਹਾਂ, ਜੇ ਐਂ ਕਹਿ ਰਹੇ ਕਿ ਵੀ ਅਸੀਂ ਤਾਂ ਇਹ ਤਾਂ ਹੁੰਦੀ ਰਹੂਗੀ ਭੁੱਖ ਹੜਤਾਲ, ਐਂ ਨਹੀਂ ਕਿ ਅੱਜ ਦੀ ਹੈ। ਅਤੇ ਉਹ ਦੇਖੋ ਇਹਦੇ ਨਾਲ ਤਾਂ ਉਹ ਜਿਹੜਾ ਹੁੰਦਾ ਨਾ, ਮਤਲਬ ਐਟਮੋਸਫੇਅਰ ਬਣਦਾ, ਅਤੇ ਉਹ ਆਉਣਗੇ। ਸੁਪਰੀਮ ਕੋਰਟ ਵਾਲਾ ਮੈਨੂੰ ਦੱਸੋ, ਤੁਹਾਨੂੰ ਲੱਗਦਾ ਕਿ ਸੁਪਰੀਮ ਕੋਰਟ ਦੇ ਜ਼ਰੀਏ ਜੇਕਰ ਹੁਣ ਕੇਂਦਰ ਦੀ ਸਰਕਾਰ ਇੱਕ ਨਵਾਂ ਰਾਹ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੇਕਰ ਜਥੇਬੰਦੀਆਂ ਗੱਲਬਾਤ ਤੋਂ ਨਾ ਕਰਦੀਆਂ ਨੇ ਕਿ ਅਸੀਂ ਤੁਹਾਡੇ ਨਾਲ ਡਾਇਰੈਕਟ ਗੱਲ ਨਹੀਂ ਕਰਨੀ, ਤਾਂ ਕੇਂਦਰ ਹੁਣ ਸੁਪਰੀਮ ਕੋਰਟ ਦੇ ਜ਼ਰੀਏ ਜਥੇਬੰਦੀਆਂ ਨੂੰ ਗੱਲਬਾਤ ਦੀ ਟੇਬਲ 'ਤੇ ਲਿਆਉਣ ਦੀ ਕੋਸ਼ਿਸ਼? ਇੱਕਦਮ ਸਾਫ਼ ਗੱਲ ਆ, ਜਦੋਂ ਅਸੀਂ ਆਏ ਸੀਗੇ, ਜਦੋਂ ਸਟਾਰਟ ਹੋਈ ਸੀਗੀ ਇੱਥੇ ਨੈਗੋਸ਼ੀਏਸ਼ਨਸ, ਅਤੇ ਸਰਕਾਰ ਨੇ ਕਿਹਾ ਸੀ ਪਹਿਲਾਂ ਕਿ ਵੀ ਤੁਹਾਡੇ ਆਦਮੀ 5 ਅਤੇ ਸਾਡੇ ਬੰਦੇ 5 ਅਤੇ ਇੱਕ ਦੋ ਐਗਰੀਕਲਚਰ ਐਕਸਪਰਟ, ਉਹਦੀ ਹੋ ਜੂਗੀ ਜੀ ਕਮੇਟੀ, ਅਤੇ ਆਪਾਂ ਇਹ ਕਰ ਲੈਂਦੇ ਹਾਂ। ਅਤੇ ਜਿਹੜੇ ਫਾਰਮਰ ਦੇ ਯੂਨੀਅਨ ਹੈ, ਉਹਨਾਂ ਨੇ ਆਖਿਆ ਵੀ ਇੱਕਦਮ ਨਹੀਂ, ਇਹ ਫਿਰ ਸਟੈਂਡ ਆਫ ਰਿਹਾ ਸੀ 8-9 ਦਿਨ। ਉਹ ਤੋਂ ਬਾਅਦ ਫਿਰ ਐਂ ਅੱਗੇ ਗੱਲ ਹੋਈ ਸੀ ਜੀ ਅਮੈਂਡਮੈਂਟ ਕਰਾ ਲਓ, ਸੁਪਰੀਮ ਕੋਰਟ ਤਾਂ ਹੁਣ ਇੱਕ ਸਟੈਪ ਲੈ ਰਿਹਾ ਬੈਕ, ਅਸੀਂ ਅਮੈਂਡਮੈਂਟ ਤੱਕ ਤਾਂ ਇਹ ਤਾਂ ਅਮੈਂਡਮੈਂਟ ਤੋਂ ਵੀ ਜਾ ਰਿਹਾ ਬੈਕ ਕਿ ਵੀ ਤੁਸੀਂ 5 ਬੰਦੇ ਤੁਹਾਡੇ ਅਤੇ 5 ਬੰਦੇ ਸਾਡੇ, ਉਹਦੀ ਹੋ ਜੂਗੀ, ਇਹ ਤਾਂ ਵਾਪਸ ਆ ਰਹੇ ਆ। ਅਤੇ ਇਹ ਤਾਂ ਇੱਕਦਮ ਸਾਫ਼ ਹੈ ਕਿ ਉਹਦਾ ਹੁਣ ਮੈਨੂੰ ਇਹ ਬੋਲਦੇ ਹੋਏ ਮੈਨੂੰ ਅੱਛਾ ਤਾਂ ਨਹੀਂ ਲੱਗ ਰਿਹਾ ਹੈ ਨਾ, ਬਟ ਐਂ ਲੱਗ ਰਿਹਾ ਕਿ ਸੁਪਰੀਮ ਕੋਰਟ ਦਾ ਇਸਤੇਮਾਲ ਹੋ ਰਿਹਾ। ਹਾਂ, ਜਿਸ ਤਰ੍ਹਾਂ ਲੱਗਦਾ ਕਿਸਾਨ ਆਗੂ ਭਰੋਸਾ ਕਰਨਗੇ ਕੋਰਟ ਵਿੱਚ ਜਾਣ ਦੀ, ਉਹ ਕਿਸ ਤਰ੍ਹਾਂ ਦੀ ਕੋਈ ਪਲੈਨਿੰਗ ਬਣਾਉਣਗੇ ਕਿ ਅਸੀਂ ਕੋਰਟ 'ਚ ਜਾ ਕੇ ਲੜੀਏ? ਦੇਖੋ, ਇਹ ਤਾਂ ਉਹਨਾਂ ਦਾ ਫੈਸਲਾ, ਜਿਹੜੀ ਮੈਂ ਹੁਣ ਤੱਕਰ ਆਈ ਹੈ ਗੱਲ ਕਿ ਉਹਨਾਂ ਕੋਲ ਤਾਂ ਕੋਈ ਇੰਟੀਮੇਸ਼ਨ ਆਏ ਨਹੀਂ ਕੋਰਟ ਦਾ, ਨਾ 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 ਤਾਂ ਬਈ ਉਹ ਕੋਰਟ ਗਏ ਆ, ਅਤੇ ਹੁਣ ਤੱਕਰ ਦੀ ਤਾਂ ਇਹ ਇਨਫੋਰਮੇਸ਼ਨ ਹੈ ਕਿ ਉਹ ਤਾਂ ਗਏ ਨਹੀਂ, ਅਤੇ ਨਾ ਅੱਗੇ ਕੋਈ ਵਿਚਾਰ ਹੈ। ਬਹੁਤ ਧੰਨਵਾਦ। ਇਹ ਸਨ ਰਮਨਦੀਪ ਸਿੰਘ ਮਾਨ, ਜਿਨ੍ਹਾਂ ਦਾ ਕਹਿਣਾ ਹੈ ਕਿ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਦੇ ਦਿਨ ਤੱਕ ਜੋ ਉਹਨਾਂ ਨੇ ਸਮਝਿਆ ਉਹ ਹੀ ਹੈ ਕਿ ਲੋਕਾਂ ਨੇ ਉਦੋਂ ਵੀ ਇਹੀ ਮੰਗ ਕੀਤੀ ਸੀ ਕਿ ਕਾਨੂੰਨ ਰੱਦ ਹੋਣੇ ਚਾਹੀਦੇ ਨੇ, ਅਤੇ ਅੱਜ ਜਦੋਂ ਇੱਕ ਕਰੀਬ ਮਹੀਨਾ ਹੋਣ ਵਾਲਾ ਹੈ, 3 ਜਾਂ 4 ਦਿਨ ਬਾਕੀ ਰਹਿ ਗਏ ਨੇ, ਉਦੋਂ ਵੀ ਲੋਕਾਂ ਦੀ ਇਹੀ ਮੰਗ ਹੈ ਕਿ ਕੇਂਦਰ ਸਰਕਾਰ ਆਪਣੇ ਨੇ ਕਾਨੂੰਨਾਂ ਨੂੰ ਵਾਪਸ ਲਵੇ। ਉਸ ਤੋਂ ਇਲਾਵਾ ਇਸ ਅੰਦੋਲਨ ਦਾ ਜਿਹੜਾ ਹੈ ਉਹ ਖਤਮ ਨਹੀਂ ਹੋਏਗਾ ਅਤੇ ਇਸੇ ਤਰੀਕੇ ਅੱਗੇ ਵੱਧਦਾ ਜਾਏਗਾ। ਕੈਮਰਾ ਪਰਸਨ ਜੱਗੀ ਦੇ ਨਾਲ ਕੁਲਵਿੰਦਰ ਸਿੰਘ, ਜਸ ਪੰਜਾਬੀ, ਦਿੱਲੀ। ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਮੁੜ ਤੋਂ ਇੱਕ ਚਿੱਠੀ ਭੇਜੀ ਗਈ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਕੱਲ੍ਹ ਉਹ ਮੀਟਿੰਗ ਕਰਨਗੇ, ਵਿਚਾਰ ਉਹਦੇ ਵਿੱਚ ਹੋਏਗੀ, ਅਤੇ ਇਸ ਤੋਂ ਇਲਾਵਾ ਇੱਕ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਗਈ ਹੈ ਲੜੀਵਾਰ ਤੌਰ ਦੇ ਉੱਤੇ। ਉਹ ਭੁੱਖ ਹੜਤਾਲ ਕਿਵੇਂ ਚੱਲ ਰਹੀ ਹੈ ਅਤੇ ਅੱਗੇ ਕਿਸ ਤਰੀਕੇ ਦਬਾਅ ਬਣਾਉਣ ਦੀ ਰਣਨੀਤੀ ਹੈ, ਉਸ ਬਾਰੇ ਕਿਸਾਨ ਆਗੂਆਂ ਦੇ ਨਾਲ ਅਸੀਂ ਗੱਲਬਾਤ ਕਰ ਰਹੇ ਹਾਂ। ਸਾਡੇ ਨਾਲ ਬਲਵੰਤ ਸਿੰਘ ਮਹਿਰਾਜ ਜੀ ਨੇ, BKU ਕ੍ਰਾਂਤੀਕਾਰੀ ਦੇ ਆਗੂ ਨੇ। ਸਰ, ਇਹ ਦੱਸੋ ਕਿ ਚਿੱਠੀ ਨੂੰ ਲੈ ਕੇ ਕੱਲ੍ਹ ਵਿਚਾਰ ਹੋਏਗੀ, ਅੱਜ ਕੋਈ ਚਰਚਾ ਨਹੀਂ? ਦੇਖੋ, ਪੰਜਾਬੀ ਟ੍ਰਿਬਿਊਨ ਦੇ ਵਿੱਚ ਜਿਹੜਾ ਅੱਜ ਪੜ੍ਹਿਆ ਅਮਿਤ ਸ਼ਾਹ ਦਾ ਬਿਆਨ, ਉਹਨਾਂ ਵੱਲੋਂ ਇਹ ਕਿਹਾ ਗਿਆ ਵੀ ਮੈਨੂੰ ਤਾਂ ਪਤਾ ਨਹੀਂ ਗਾ ਹਜੇ ਕੋਈ ਗੱਲਬਾਤ ਬਾਰੇ, ਉਹ ਜਿਹੜੇ ਆਪਣੇ ਨਰਿੰਦਰ ਤੋਮਰ ਨੇ ਖੇਤੀਬਾੜੀ ਮੰਤਰੀ, ਵੀ ਉਹ ਜਲਦ ਕੋਈ ਜਿਹੜਾ ਹੈਗਾ ਵੀ ਕਿਸਾਨਾਂ ਨੂੰ ਜਿਹੜਾ ਹੈਗਾ ਕਿਸਾਨ ਜਥੇਬੰਦੀਆਂ ਨੂੰ ਮਿਲ ਰਹੇ ਆ। ਇਹ ਕੱਲ੍ਹ ਨੂੰ ਸਾਡੀ 10 ਵਜੇ 30-40 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੈ ਸੰਯੁਕਤ ਮੋਰਚੇ ਦੀ, ਉਹਦੇ ਵਿੱਚ ਜੇ ਕੋਈ ਚਿੱਠੀ ਆਈ ਹੋਈ ਤਾਂ ਉਹਦੇ 'ਚ ਜ਼ਰੂਰ ਵਿਚਾਰਿਆ ਜਾਊਗਾ ਕੀ ਲਿਖਿਆ ਉਹਦੇ 'ਚ ਕੀ ਨਹੀਂ ਲਿਖਿਆ। ਅੱਛਾ, ਪਰ ਪਿਛਲੀਆਂ ਜਿਹੜੀਆਂ ਮੀਟਿੰਗਾਂ ਹੋਈਆਂ ਨੇ ਉਹਦਾ ਦੇ ਹਿਸਾਬ ਨਾਲ ਤੁਹਾਨੂੰ ਲੱਗਦਾ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਇਹ ਮੀਟਿੰਗ ਕਰਨਾ ਸਹੀ ਰਹੇਗਾ, ਜਾਂ ਤੁਹਾਨੂੰ ਲੱਗਦਾ ਕਿ ਕਈ ਜਥੇਬੰਦੀਆਂ ਮੰਗ ਕਰਦੀਆਂ ਨੇ ਕਿ ਪ੍ਰਧਾਨ ਮੰਤਰੀ ਅੱਗੇ ਆਉਣ? ਪਹਿਲੀ ਗੱਲ ਤਾਂ ਇਹ ਵੀ ਉਹ ਚਿੱਠੀ ਦੇ ਵਿੱਚ ਕੀ ਹੈ ਕਿ ਉਹ ਪਿਛਲਾ ਹੀ ਦੁਹਰਾ ਜਿਹੜੀਆਂ 5 ਮੀਟਿੰਗਾਂ ਹੋਈਆਂ ਨੇ, ਕਿਉਂਕਿ ਜੇ ਉਹਦੇ 'ਚ ਕੋਈ ਬਦਲਾਅ ਹੋਇਆ, ਜਿਵੇਂ ਸਾਡਾ ਹੈ ਵੀ ਅਸੀਂ 3 ਜਿਹੜੇ ਆਰਡੀਨੈਂਸ ਨੇ ਇਹ ਵਾਪਸ ਕਰਨੇ ਆ, ਰੱਦ ਕਰਨੇ ਆ, ਜੇ ਕੋਈ ਉਹਦੇ 'ਤੇ ਕੋਈ ਜਿਹੜਾ ਹੈਗਾ ਵੀ ਕੋਈ ਇਸ ਕਿਸਮ ਦੀ ਗੱਲਬਾਤ ਲਈ ਸੱਦਾ ਪੱਤਰ ਆਉਂਦਾ ਰੱਦ ਕਰਨ ਵਾਲਿਆਂ ਗੱਲ ਦੇ ਉੱਤੇ,
फिर वो बेचारा जा सकता। पर मीटिंग लैके तो गल यही है भी पिछलिया ही मीटिंगा जिहड़ियां गल्लां होईयां उही गल्लां भेजियां गईयां ने। मैनूं इह दस्सो कि जथेबंदियां यस और नो तो अगे वधण लई राजी हैगे आ, क्योंकि सरकार कह रही है कि जे गल करनी है तो यस और नो तो अगे तुरना पएगा। नहीं देखो, गलबात तो कोई भी नहीं भज्जिया, यस नो जिहड़ा कीता गया उदों चार पंज मीटिंगां च लगातार ही उही गल उही गल उही गल वो बारी बारी उही गल दे उत्ते जदों कराओगे फिर तो यस नो ही होऊ। जे उदों गाहां कोई गल आऊगी कदम पट्टिया जाऊगा फिर उहदे ते विचार हो जाणगे। पिछलियां मीटिंगां हो गईयां उहनां ते बारी बारी की गल्लां करीए। ਲੱਗਦਾ ਕਿ ਸਰਕਾਰ ਉੱਥੇ ਹੀ ਖੜੀ ਆ, ਉਸ ਤੋਂ ਅੱਗੇ ਸਰਕਾਰ ਨਹੀਂ ਵੱਧ ਰਹੀ, ਜਥੇਬੰਦੀਆਂ ਤਿਆਰ ਆ ਕੇ ਉਹਦੇ। ਵੇਖੋ, ਜਥੇਬੰਦੀਆਂ ਗੱਲ ਤੋਂ ਕਦੇ ਵੀ ਨਹੀਂ ਭੱਜੀਆਂ, ਗੱਲਬਾਤ ਤੋਂ ਕਦੇ ਵੀ ਨਹੀਂ ਭੱਜੀਆਂ। ਸਰਕਾਰ ਹੈ ਜਿਹੜੀ ਉਹ ਇੱਕ ਪਾਸੇ ਜਿਹੜੀ ਹੈ, ਉਹਨਾਂ ਦੇ ਮੰਤਰੀ ਆ ਜਿਹੜੇ ਉਹ ਇਹ ਕਹਿ ਰਹੇ ਨੇ ਜੀ ਦੇਖੋ ਇਹ ਕਿਸਾਨ ਅੰਦੋਲਨ ਦੇ ਵਿੱਚ ਕੁਛ ਬੰਦੇ ਕੁਛ ਜਥੇਬੰਦੀਆਂ ਦੇ ਹੱਥ 'ਚ ਆ ਗਿਆ, ਇਹ ਨਕਸਲੀਏ ਆ ਜੀ, ਇਹ ਮਾਓਵਾਦੀ ਆ ਜੀ, ਇਹ ਇੱਕ ਪਾਸੇ ਦਾ ਇਹ ਪ੍ਰਚਾਰ ਕਰ ਰਹੀ ਹੈ, ਦੂਜੇ ਪਾਸੇ ਗੱਲਬਾਤ ਲਈ ਸੱਦ ਲਈ ਹੈ। ਜੇ ਅੱਤਵਾਦੀ ਹੈ, ਵੱਖਵਾਦੀ ਹੈ, ਖਾਲਿਸਤਾਨੀ ਹੈ, ਫਿਰ ਗੱਲਬਾਤ ਲਈ ਕਾਹਦੇ ਨਾਲ ਹੀ ਸੱਦੀ ਹੈ? ਲੱਗਦਾ ਕਿ ਗੱਲਬਾਤ ਲਈ ਹੁਣ ਪ੍ਰਧਾਨ ਮੰਤਰੀ ਨੂੰ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਇਹ ਵੀ ਕਈ ਲੋਕਾਂ ਦਾ ਵਿਚਾਰ ਹੈ ਕਿ ਕੇਂਦਰੀ ਖੇਤੀਬਾੜੀ ਮੰਤਰੀ ਦੇ ਹੱਥ 'ਚ ਕੁਝ ਵੀ ਨਹੀਂ ਹੈ, ਜੇ ਕਾਨੂੰਨ ਵਾਪਸ ਲੈਣੇ ਆ ਤਾਂ ਉਹ ਪਾਵਰ ਜਿਹੜੀ ਹੈ ਉਹ ਪ੍ਰਧਾਨ ਮੰਤਰੀ ਦੇ ਕੋਲ। ਉਹ ਤਾਂ ਖੁਦ ਹੀ ਜਿਹੜੇ ਹੈਗਾ ਮੀਟਿੰਗ ਦੇ ਵਿੱਚ ਤੋਮਰ ਅਤੇ ਪਿਊਸ਼ ਗੋਇਲ ਅਤੇ ਜਿਹੜੇ ਸੋਮਨਾਥ ਸਾਡੇ ਪੰਜਾਬ ਦੇ ਖੁਦ ਮੀਟਿੰਗ ਇੱਕ ਮੀਟਿੰਗ ਦੇ ਵਿੱਚ ਕਹਿ ਚੁੱਕੇ ਆ ਵੀ ਸਾਡੇ ਹੱਥ ਖੜੇ ਆ ਵੀ ਜੇ ਅਸੀਂ ਜਿਹੜਾ ਤੁਹਾਡੀ ਗੱਲ ਮੰਨ ਲਈ ਤਾਂ ਅਵਾਨੀ ਨਾਨੀ ਆ ਜਾਣਗੇ, ਇਹ ਅੰਮ੍ਰਿਤ ਸ਼ਾਹ ਅਤੇ ਨਰਿੰਦਰ ਮੋਦੀ ਦੇ ਹੱਥ 'ਚ ਹੈ, ਅੰਮ੍ਰਿਤ ਸ਼ਾਹ ਕੋਲ ਵੀ 13 ਮਸੇ ਜਾ ਆਏ, ਅਤੇ ਹੁਣ ਜੇ ਇਹਨਾਂ ਨੂੰ ਲੱਗਦਾ ਵੀ ਪ੍ਰਧਾਨ ਮੰਤਰੀ ਨੇ ਗੱਲ ਕਰਨੀ ਹੈ ਤਾਂ ਤਿਆਰ। ਅੱਛਾ, ਭੁੱਖ ਹੜਤਾਲ ਦਾ ਦੱਸੋ ਕਿ ਇਹ ਰਣਨੀਤੀ ਹੁਣ ਤੁਹਾਨੂੰ ਲੱਗਦਾ ਕਿ ਕੰਮ ਕਰੇਗੀ? ਕਿਤੇ ਦੀ ਭੁੱਖ ਹੜਤਾਲ ਪਹਿਲਾਂ ਕੀਤੀ ਸੀ, ਹੁਣ ਲੜੀਵਾਰ ਭੁੱਖ ਹੜਤਾਲ ਸ਼ੁਰੂ ਹੋ ਚੁੱਕੀ ਹੈ, ਇਹ ਤੋਂ ਇਹ ਰਣਨੀਤੀ ਦਬਾਅ ਬਣਾਏਗੀ ਸਰਕਾਰ? ਹਾਂ, ਵੇਖੋ ਇਹ ਅਸੀਂ ਜਿਹੜਾ ਹੈਗਾ ਵੀ ਜਿਹੜਾ 24 ਘੰਟੇ 11 ਜਿਹੜੇ ਜਥੇਬੰਦੀਆਂ ਦੇ ਆਗੂ ਆ ਉਹਨਾਂ ਦੀ ਭੁੱਖ ਹੜਤਾਲ ਸ਼ੁਰੂ ਕਰਾਈ ਹੈ, ਇਹ ਲਗਾਤਾਰ ਜਿਹੜੀ ਹੈਗੀ ਭੁੱਖ ਹੜਤਾਲ ਚੱਲੂਗੀ। 23 ਤਰੀਕ ਨੂੰ ਜਿਹੜਾ ਕਿਸਾਨ ਦਿਵਸ ਹੈ, ਜਿਹੜਾ ਚੌਧਰੀ ਚਰਨ ਸਿੰਘ ਨੇ ਜਿਹੜਾ ਉਹ ਸ਼ੁਰੂ ਕੀਤਾ ਸੀ ਉਹਦੇ ਜਨਮ ਦਿਨ ਦੇ ਉੱਤੇ, ਉਦੇ ਅਸੀਂ ਜਿਹੜਾ ਹੈਗਾ ਵੀ ਦੁਪਹਿਰ ਦਾ ਜਿਹੜਾ ਖਾਣਾ ਹੈ ਉਹਦਾ ਜਿਹੜਾ ਹੈਗਾ ਵੀ ਐਲਾਨ ਕੀਤਾ ਵੀ ਉਹ ਨਹੀਂ ਖਾਵਾਂਗੇ। ਫਿਰ ਉਦੋਂ ਬਾਅਦ ਜਦੋਂ ਇਹ ਮਨ ਕੀ ਬਾਤ ਕਰਦੇ ਨੇ ਮੋਦੀ ਜੀ, ਉਹਦੇ ਜਵਾਬ ਦੇ ਵਿੱਚ ਅਸੀਂ ਜਿਹੜਾ ਹੈਗਾ ਵੀ ਦਿੱਤਾ ਹੈ ਵੀ ਮੋਦੀ ਸਾਹਿਬ ਮਨ ਕੀ ਬਾਤ ਨਾ ਕਰੋ, ਜਨ ਕੀ ਬਾਤ ਕਰੋ। ਅਸੀਂ ਜਦੋਂ ਵੀ ਉਹ TV 'ਤੇ ਆਉਣਗੇ ਅਸੀਂ ਸੱਦਾ ਦਿੱਤਾ ਵੀ TV ਦਾ ਜਿਹੜਾ ਹੈਗਾ ਵੀ ਅਸੀਂ ਮੂਹਰੇ ਬੈਠ ਕੇ ਤੁਸੀਂ ਆਪਦੀਆਂ ਥਾਲੀਆਂ ਵਜਾਓ ਅਤੇ ਤਾਲੀਆਂ ਵਜਾਓ ਜਿਵੇਂ ਉਹਨਾਂ ਨੇ ਕੀਤਾ, ਇੱਕ ਕਿਸਮ ਦਾ ਜਿਹੜਾ ਹੈਗਾ ਵੀ ਇਹ ਵਿਰੋਧ ਹੀ ਹੈ। ਉਦੋਂ ਬਾਅਦ ਜੋ ਜਿਹੜਾ 26-27 ਦਾ ਇਹ ਅਸੀਂ ਪੂਰਾ ਜਿਹੜਾ ਹੈਗਾ ਵਰਲਡ ਦੇ ਵਿੱਚ ਕਿਹਾ ਹੋਇਆ ਵੀ ਤੁਸੀਂ ਜਿਹੜਾ ਪ੍ਰਦਰਸ਼ਨ ਹੈ ਅਵੈਸੀਆਂ ਦੇ ਮੂਹਰੇ ਕਰੋ, ਅਤੇ 26-27 ਨੂੰ ਜਿਹੜਾ ਹੈਗਾ ਅਸੀਂ ਵੀ ਜਿਹੜਾ ਹੈਗਾ ਕਰਾਂਗੇ। ਇਹ ਸਾਡਾ ਕਿਉਂਕਿ ਕੋਰਟ ਦੇ ਵਿੱਚ 5 ਤਰੀਕ ਤੱਕ ਛੁੱਟੀਆਂ ਨੇ, ਇਹਨਾਂ ਦਾ ਜ਼ੋਰ ਲੱਗਿਆ ਹੋਇਆ ਵੀ ਜਿਹੜਾ 10 ਦਿਨ ਨੇ, 10 ਦਿਨ ਪੂਰੇ ਭਾਰਤ ਦੇ ਵਿੱਚ ਇੱਕ ਪਾਸੇ ਤਾਂ ਸਾਡੇ ਨਾਲ ਗੱਲਾਂ ਬਾਤਾਂ ਕਰਨ ਦੀ ਗੱਲ ਕਰਿਆ, ਦੂਜੇ ਪਾਸੇ ਕੁਛ ਜਿਹੜੀਆਂ ਨਾਮਜ਼ਦ ਜਥੇਬੰਦੀਆਂ ਉਹਨਾਂ ਨੂੰ ਬੁਲਾ ਕੇ ਉਹਨਾਂ ਤੋਂ ਕਹਾ ਰਹੇ ਨੇ ਕਿ ਖੇਤੀ ਕਾਨੂੰਨ ਤਾਂ ਬਹੁਤ ਵਧੀਆ ਨੇ, ਐਵੇਂ ਕੁਛ ਪੰਜਾਬ ਦੇ ਜਿਹੜੇ ਹੈਗੇ ਆ ਕੁਛ ਕਿਸਾਨ ਬੈਠੇ ਆ ਹੁਣ 5 ਬਾਰਡਰਾਂ 'ਤੇ ਬੈਠੇ ਨੇ, ਲੱਖਾਂ ਦੀ ਗਿਣਤੀ 'ਚ ਬੈਠੇ ਨੇ, ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਇਹ ਹੋਰ ਕਿਸਾਨ ਕੌਣ ਹੁੰਦੇ ਨੇ। ਮੈਨੂੰ ਲੱਗਦਾ ਕਿ ਸਰਕਾਰ ਜਿਹੜੀ ਹੈ ਇੱਕ ਪਾਸੇ ਤੁਹਾਨੂੰ ਗੱਲਬਾਤ ਲਈ ਬੁਲਾਉਂਦੀ ਹੈ, ਦੂਜੇ ਪਾਸੇ ਆਪਦੇ ਲੀਡਰ ਛੱਡੇ ਹੋਏ ਨੇ ਪਿੰਡਾਂ ਦੇ ਵਿੱਚ, ਹੰਸਰਾਜ ਹੁਣੀ ਵੀ ਛੱਡੇ ਹੋਏ, ਉਹਨਾਂ ਦਾ ਵੀ ਬਿਆਨ ਆਇਆ ਕਿ ਖੇਤੀ ਕਾਨੂੰਨ ਠੀਕ ਹੈ, ਕਿਸਾਨ ਗੁੰਮਰਾਹ ਹੋ ਗਿਆ। ਲੱਗਦਾ ਕਿ ਸਰਕਾਰ ਦੋਨੇ ਪਾਸੇ ਨੂੰ ਚੱਲ ਰਹੀ ਹੈ, ਮਤਲਬ ਗੱਲਬਾਤ ਵੀ ਕਰਨਾ ਚਾਹੁੰਦੀ ਹੈ ਪਰ ਦੂਜੇ ਪਾਸੇ ਅੜੀ ਵੀ ਹੋਈ ਹੈ? ਹਾਂ ਬਿਲਕੁਲ, ਇਹ ਦੋਨੇ ਪਾਸੇ ਚੱਲ ਰਹੀ ਹੈ, ਇੱਕ ਪਾਸੇ ਜਿਹੜਾ ਕਾਨੂੰਨਾਂ ਨੂੰ ਵਧੀਆ ਜਿਹੜਾ ਬਣਾਉਣ ਦੇ ਲਈ ਗੱਲਬਾਤ ਕਰ ਰਹੀ ਹੈ, ਐਵੇਂ ਛੋਟੇ ਛੋਟੇ ਕਿਸਾਨਾਂ ਨੂੰ ਗੁਜਰਾਤ 'ਚ ਵਾਗੇ ਹੋਰ ਸਟੇਟਾਂ 'ਚ ਵਾਗੇ, ਇਹਦੇ ਮੁਕਾਬਲੇ ਸਾਡੀ ਵੀ ਇਹ ਰਣਨੀਤੀ ਹੈ ਵੀ ਇਹਨਾਂ ਦੇ ਪ੍ਰਚਾਰ ਦੇ ਨਾਲ ਪ੍ਰਚਾਰ ਨਾਲ ਹੋਰ ਕਰੀਏ, ਅਤੇ ਜਿਹੜਾ ਘੋਲ ਹੈ ਆਪਦਾ ਸਾਡਾ ਸੰਯੁਕਤ ਕਿਸਾਨ ਮੋਰਚੇ ਦਾ ਇਹਨੂੰ ਪੜਾ ਦਾ ਪੜਾ ਅੱਗੇ ਵਧਾਈਏ, ਜਿਵੇਂ ਮੈਂ ਤੁਹਾਨੂੰ ਸਟੇਜਾਂ ਦੱਸ ਕੇ ਹਟਿਆ, ਜਿਹੜਾ ਇਹ ਸਟੇਜਾਂ ਜਿਹੜੀਆਂ ਹੈਗੀਆਂ ਵੀ 31 ਤਰੀਕ 'ਤੇ ਜਾਣਗੀਆਂ, ਉਸ ਤੋਂ ਬਾਅਦ ਫਿਰ ਅਗਲੀ ਮੀਟਿੰਗ ਹੋਊਗੀ, ਫਿਰ ਅਗਲੀ ਰਣਨੀਤੀ ਬਣਾਈ ਜਾਊਗੀ। ਅੱਛਾ, ਜਿਹੜੀ ਤੁਸੀਂ 25 ਤੋਂ ਲੈ ਕੇ 25, 26 ਅਤੇ 27 ਨੂੰ ਹਰਿਆਣਾ ਦੇ ਵਿੱਚ ਟੋਲ ਪੂਰੀ ਤਰ੍ਹਾਂ ਬੰਦ ਕਰਨ ਦੀ ਰਣਨੀਤੀ ਬਣਾਈ ਹੈ, ਉਹਦਾ ਕੀ ਮਕਸਦ ਹੈ ਵੀ ਹਰਿਆਣੇ ਦੀ ਜਿਹੜੀ ਖੱਟਰ ਸਰਕਾਰ ਹੈ ਉਹਨੂੰ ਤੁਸੀਂ ਦਬਾਅ ਦੇ ਵਿੱਚ, ਜਾਂ ਤੁਹਾਨੂੰ ਆ ਮਕਸਦ ਦੋਵੇਂ ਆ ਵੀ ਕੇਂਦਰ ਅਤੇ ਹਰਿਆਣਾ ਦੋਵਾਂ ਨੂੰ ਅਸੀਂ ਇੱਕ ਤਰ੍ਹਾਂ ਦੇ ਨਾਲ ਦਬਾਅ ਦੇ ਵਿੱਚ ਲਿਆਈਏ? ਹਾਂ, ਕਿਉਂਕਿ ਇਹ ਜਿਹੜਾ ਟੋਲ ਪਲਾਜ਼ਾ ਦਾ ਬੰਦ ਦਾ ਇਹ ਹਰਿਆਣੇ ਵੱਲੋਂ ਜਿਹੜਾ ਜਥੇਬੰਦੀਆਂ ਦੀ ਮੀਟਿੰਗ 'ਚ ਕਿਹਾ ਗਿਆ ਸੀ, ਇਸ ਕਰਕੇ 26-27 ਤਰੀਕ ਨੂੰ ਜਿਹੜਾ ਅਸੀਂ ਜਿਹੜਾ ਪੁਰਮਣ ਬਾਰਡਰ ਦੇ ਨੂੰ ਵੀ ਕਿਹਾ ਹੋਇਆ, ਜਿਹੜੇ ਆਪਣੇ ਪੰਜਾਬ ਦੇ ਵਾਸੀ ਆ ਜਿਹੜੇ ਬਾਰਡਰ ਦੇ ਵਿੱਚ, ਉਹਨਾਂ ਨੂੰ ਕਿਹਾ ਹੋਇਆ ਵੀ ਜਿਹੜਾ ਪੰਜਾਬ ਨੂੰ ਜਿਹੜਾ ਬਰਬਾਦ ਕਰਨ ਦੇ ਲਈ ਤੁਲੀ ਹੋਈ ਆ ਮੋਦੀ ਸਰਕਾਰ, ਅਵੈਸੀਆਂ ਦੇ ਵਿੱਚ ਜਿਹੜਾ ਆਪਦਾ ਰੋਸ ਪ੍ਰਦਰਸ਼ਨ ਕਰੋ, ਅਤੇ ਪੰਜਾਬ ਦੇ ਵਿੱਚ 26-27 ਤਰੀਕ ਤੱਕ ਜਿਹੜਾ ਹੈਗਾ ਵੀ ਅਸੀਂ ਚਿੱਠੀ ਹੈ ਇੱਕ ਉਹ ਲਿਖ ਕੇ ਜਿਹੜੇ NDA ਦੇ ਘਟਕ ਦਲ ਨੇ, ਜਿਹੜੇ ਸਾਥੀ ਦਲ ਹੈ, ਉਹਨਾਂ ਨੂੰ ਜਿਹੜਾ ਹੈਗਾ ਵੀ ਦੇਣ ਦਾ ਪ੍ਰੋਗਰਾਮ ਬਣਾਇਆ, ਉਹਨਾਂ ਨੂੰ ਕਿਹਾ ਵੀ ਤੁਸੀਂ ਜਿਹੜਾ ਹੈਗਾ ਵੀ ਜਿਹੜੇ ਕਿਸਾਨ ਹੈ ਆਪਣੇ ਦੇਸ਼ ਦੇ ਅੰਨਦਾਤਾ, ਜਿਹੜਾ ਸਾਰੀ ਦੁਨੀਆ ਨੂੰ ਖਵਾਉਂਦਾ ਹੈ ਅਤੇ ਭਾਰਤ ਨੂੰ ਖਵਾਉਂਦਾ, ਵੀ ਤੁਸੀਂ ਜਿਹੜਾ ਹੈਗਾ ਵੀ ਆਹ ਕੁਰਸੀਆਂ ਦਾ ਸਵਾਦ ਛੱਡ ਕੇ ਅੰਨਦਾਤੇ ਦੇ ਨਾਲ ਖੜੋ,
अन्नदाते दे नाल ही थोड़ियां कुर्सियां बचणगियां। मैनूं इह दस्सो कि हुण तक किन्ने क सूबियां दे किसानां नूं तुसीं इत्थे मिल चुके हो, क्योंकि बार बार केंद्र दे मंत्री इही गल कही जा रहे ने कि पंजाब दे ही किसान ने, पंजाब दे ही कुछ हरियाणे दे होणगे पर सारे किसान पंजाब तों ही ने। तुसीं किन्ने क स्टेटां दे किसानां नूं तुहाडी जथेबंदियां हुण तक मिल चुकी? देखो पंजाब दे जिहड़े किसान आ दो बार्डरां ते बैठे आ, टिक्करी बार्डर ते सिंघू बार्डर, जिहड़े तिन जिहड़े बार्डर गाजियाबाद पलवल ਤੇ ਦੂਸਰਾ ਜਿਹੜਾ ਹੈਗਾ ਜੈਪੁਰ ਵਾਲਾ, ਉਹਦੇ 'ਤੇ ਜਿਹੜਾ ਹੈਗਾ ਵੀ ਉਹ ਬਾਹਰਲੇ ਸਟੇਟਾਂ ਦੇ ਨੇ, ਜੈਪੁਰ ਦੇ ਆ, ਬਿਹਾਰ ਦੇ ਆ, ਯੂਪੀ ਦੇ ਆ, ਗੁਜਰਾਤ ਦੇ ਆ, ਇਹ ਘੱਟੋ ਘੱਟ ਜਿਹੜਾ ਹੈਗਾ ਵੀ ਸਾਡੀ 32 ਜਥੇਬੰਦੀਆਂ ਇਹ ਅਤੇ 8 ਦਾ ਸੂਬੇ ਉਹ 40 ਜਿਹੜਾ ਹੈਗਾ ਵੀ ਇਹ ਸੰਯੁਕਤ ਮੋਰਚਾ 4 ਜਥੇਬੰਦੀਆਂ ਦਾ ਇਹ ਬਣਿਆ ਵਾ। ਇੱਕ ਕੋਈ ਮੋਰਚਾ ਅੱਜ ਵੀ ਆਇਆ ਇੱਥੇ ਭਾਰਤੀ ਕਿਸਾਨ ਮੋਰਚਾ, ਕੋਈ ਉਹਨੂੰ ਵਿਚਾਰੇ ਨੂੰ ਬੋਲਣ ਟਾਈਮ ਨਹੀਂ ਲਿਆ, ਉਹ ਵੀ ਕਹਿੰਦੇ ਵੀ ਅਸੀਂ ਸ਼ਾਮਿਲ ਕਰਨਾ। ਠੀਕ ਹੈ, ਇੱਕ ਮੈਨੂੰ ਇਹ ਦੱਸੋ ਕਿ ਤੁਸੀਂ ਹੁਣ ਤੱਕ ਦੇ ਅੰਦੋਲਨ 'ਚ ਜਿਹੜੇ ਸਾਡੇ NRI ਭਰਾ ਨੇ, ਉਹਨਾਂ ਦੀ ਤੁਸੀਂ ਸ਼ਮੂਲੀਅਤ ਨੂੰ ਕਿਵੇਂ ਦੇਖ ਰਹੇ ਹੋ, ਕਿਵੇਂ ਉਹ ਆਪਣਾ ਹਿੱਸਾ ਪਾ ਰਿਹਾ ਇਸ ਪੂਰੇ ਅੰਦੋਲਨ ਦੇ ਵਿੱਚ, ਅਤੇ ਜਿਹੜਾ ਤੁਸੀਂ ਸੱਦਾ ਇਹ ਭੇਜਿਆ ਇਹਨਾਂ ਨੂੰ ਕਿ ਸਫਾਰਤਖਾਨਿਆਂ ਦੇ ਬਾਹਰ ਉਹ ਪ੍ਰਦਰਸ਼ਨ ਕਰਨ, ਉਹਨੂੰ ਤੁਸੀਂ ਕਿਵੇਂ ਅੱਗੇ ਪੂਰੀ ਤਰ੍ਹਾਂ ਉਹਨਾਂ ਤੱਕ ਕਿਵੇਂ ਪਹੁੰਚਾ ਰਿਹਾ ਸੰਦੇਸ਼? ਕਿਉਂਕਿ ਜਿਹੜੇ ਸਾਡੇ ਜਿਹੜੇ ਪੁਰਾਣੇ ਸਮਿਆਂ 'ਚ ਗਏ ਆ ਉਹ ਉਹਨਾਂ ਦਾ ਕੋਈ ਕਾਰਨ ਵੱਖਰਾ ਹੋ ਸਕਦਾ, ਜਿਹੜੀ ਨੌਜਵਾਨ ਪੀੜ੍ਹੀ ਗਈ ਆ ਪਿਛਲੇ 8-10 ਸਾਲਾਂ 'ਚ, ਉਹਨਾਂ ਦਾ ਕਾਰਨ ਜਿਹੜਾ ਹੈਗਾ ਇਹਨਾਂ ਦੀਆਂ ਜਿਹੜੀਆਂ ਕੇਂਦਰ ਸਰਕਾਰ ਅਤੇ ਸਟੇਟਾਂ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਦਾ ਕਾਰਨ ਕਰਕੇ, ਕਿਉਂਕਿ ਪਹਿਲੇ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਉਦੋਂ BEd ਕਰਦੇ ਹੁੰਦੇ ਸੀਗੇ, ਉਸ ਤੋਂ ਬਾਅਦ ਇੰਜੀਨੀਅਰਿੰਗ 'ਤੇ ਆ ਗਏ, ਹੁਣ ਸਾਰਾ ਕੁਝ ਛੱਡਤਾ ਪਲੱਸ ਟੂ ਕਰਕੇ ਬਾਹਰ ਜਾਣ ਦੀ ਗੱਲ ਕਰਦੇ ਆ। ਕਿਉਂਕਿ ਸਾਡੀ ਪੰਜਾਬ ਸਟੇਟ ਦਾ ਤਾਂ ਇਹ ਹਾਲ ਹੈ ਕਿ ਪਿਛਲੇ 10-15 ਸਾਲਾਂ 'ਚ ਇਹਨਾਂ ਦੋਨਾਂ ਪਾਰਟੀਆਂ ਨੇ, ਕਾਂਗਰਸ ਨੇ ਅਤੇ ਜਿਹੜਾ ਅਕਾਲੀ ਦਲ ਨੇ, ਨੌਜਵਾਨ ਪੀੜ੍ਹੀ ਨੂੰ ਜਿਹੜਾ ਹੈਗਾ ਨਸ਼ਿਆਂ 'ਤੇ ਲਾਤਾ ਸੀ, ਅਤੇ ਇਹ ਵੀ ਕਹਿਣ ਲੱਗ ਗਏ ਸੀ, ਕਾਂਗਰਸ ਦਾ ਰਾਜੀਵ ਗਾਂਧੀ ਕਹਿਣ ਲੱਗ ਗਏ, 70% 80% ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਨਸ਼ਿਆਂ 'ਤੇ ਲੱਗ ਗਈ, ਪਰ ਇਹ ਕਿਸਾਨ ਮੋਰਚੇ ਨੇ ਉਹ ਨੌਜਵਾਨ ਪੀੜ੍ਹੀ ਨੂੰ ਵੀ ਬਚਾਇਆ ਅਤੇ ਅੰਦੋਲਨ 'ਚ ਵੀ ਲੈ ਕੇ ਆਏ ਆ। ਜਿਹੜੇ ਉਹ ਗਏ ਨੇ ਉਹ ਆਪਦੇ ਮਾਂ ਬਾਪ ਦੀਆਂ ਜਿਹੜੇ ਜ਼ਮੀਨਾਂ ਨੇ ਜਿਹੜੀਆਂ ਵੇਚ ਕੇ ਗਏ ਆ ਵਿਚਾਰੇ, ਹੁਣ ਜਿਹੜੀ ਥੋੜ੍ਹੀ ਬਹੁਤੀ ਉਹਨਾਂ ਦੀ ਰਹਿ ਗਈ ਪੰਜਾਬ ਦੇ ਵਿੱਚ, ਉਹ ਇਸੇ ਕਰਕੇ ਜਿਹੜਾ ਹੈਗਾ ਅਸੀਂ ਕਹਿ ਰਹੇ, ਉਹ ਇਹ ਵੀ ਕਹਿ ਰਹੇ ਨੇ ਕਿ ਜਿਹੜੀ ਸਾਡੀ ਜਿਹੜੀ ਰਹਿ ਗਈ 1-2 ਕਿੱਲੇ ਉਹ ਸਾਡੇ ਜਿਹੜੇ ਦਾਦੇ ਬੈਠੇ ਆ, ਪੜਦਾਦੇ ਬੈਠੇ ਆ, ਬਾਪ ਬੈਠੇ ਨੇ, ਜਾਂ ਜਦੋਂ ਅਸੀਂ ਪੰਜਾਬ 'ਚ ਆਉਂਦੇ ਹਾਂ ਤਾਂ ਆਪਦੇ ਖੇਤਾਂ 'ਚ ਜਾਂਦੇ ਹਾਂ, ਜੇ ਅਸੀਂ ਜੇ ਨਾ ਹਮਾਇਤ ਕਰੀ ਤਾਂ ਜਿਹੜੇ ਹੈਗੇ ਸਾਡੇ ਛੋਟੇ ਮੋਟੇ ਖੇਤ ਆ ਜਿਹੜੇ ਉਹ ਜਿਵੇਂ ਦਾ ਕੰਟਰੈਕਟ ਖੇਤੀ ਵਾਲਾ, ਸਟੋਰਿੰਗ ਵਾਲਾ, ਤਿੰਨੇ ਜਿਹੜੇ ਕਾਨੂੰਨ ਆਏ ਨੇ ਉਹ ਖਾ ਜਾਣਗੇ। ਅੱਛਾ, ਮੈਨੂੰ ਇੱਕ ਫਰਕ ਦੱਸੋ, 25 ਦਿਨ ਹੋ ਗਿਆ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਦੇ ਟਾਈਮ ਦੇ ਦੌਰਾਨ ਤੁਸੀਂ ਕੀ ਕੁਝ ਤਬਦੀਲੀਆਂ ਇਸ ਅੰਦੋਲਨ 'ਚ ਦੇਖੀਆਂ? ਹਾਂ, ਇਹ ਕਿਸਾਨ ਮੋਰਚੇ ਨੇ ਇਹ ਬਹੁਤ ਕੁਝ ਜਿਹੜਾ ਹੈਗਾ ਇੱਥੇ ਸਾਫ਼ ਕਰ ਦਿੱਤਾ ਅਤੇ ਆਉਣ ਵਾਲੇ ਸਮੇਂ 'ਚ ਹੋਰ ਵੀ ਕਰ ਦੇਵੇਗਾ। ਕਿਉਂਕਿ ਇੱਕ ਕਿਸਾਨ ਮੋਰਚੇ ਨੇ ਇੱਕ ਤਾਂ ਵੱਡੀ ਗੱਲ ਇਹ ਕਰੀ ਹੈ ਕਿ ਜਿਹੜੀਆਂ ਪੰਜਾਬ ਦੀਆਂ 30-32 ਕਿਸਾਨ ਜਥੇਬੰਦੀਆਂ ਸੀ ਅੱਡੋ ਅੱਡੀ ਆਪਦੇ ਆਪਦੇ ਫਰੰਟਾਂ ਤੋਂ ਲੜਦੀਆਂ ਸੀ, ਉਹਨਾਂ ਨੂੰ ਇਕੱਠੇ ਕਰਤਾ। ਦੂਜਾ, ਜਿਹੜੀਆਂ ਪਾਰਟੀਆਂ ਇਹ ਕਹਿੰਦੀਆਂ ਸੀ ਕਿ ਕਿਸਾਨਾਂ ਦੇ ਵਿੱਚ ਤਾਂ 60 ਸਾਲ ਤੋਂ ਉੱਪਰ ਵਾਲੇ ਆ, ਵਿਹਲੇ ਆ, ਇਹ ਕੋਈ ਖੁਦਕੁਸ਼ੀ ਕਰ ਜਾਂਦਾ ਜਾਂ ਕੁਛ ਹੋਰ ਜਾਂਦਾ, ਉਹਨਾਂ ਨੂੰ ਮੁਆਵਜ਼ਾ ਮਿਲ ਜਾਂਦਾ, ਬੱਚਿਆਂ ਨੂੰ ਨੌਕਰੀ ਮਿਲ ਜਾਂਦੀ ਹੈ। ਇਸ ਗੱਲ ਨੇ ਸਿੱਧ ਕਰਤਾ ਕਿ 60 ਸਾਲ ਦੇ ਨਹੀਂ, ਆਹ ਨੌਜਵਾਨ ਜਿਹੜੇ ਇਲਾਕੇ ਤੋੜੇ ਹੈਗੇ, ਕੁੰਡਲੀ ਵਾਲਾ ਉਹ ਦੂਜਾ ਤੋੜਿਆ ਹੋਵੇ, ਸਮਾਣੇ ਵਾਲਾ ਤੋੜਿਆ ਹੋਵੇ, ਚੀਕੇ ਗੁੱਲੇ ਵਾਲਾ ਤੋੜਿਆ ਹੋਵੇ, ਖਨੌਰੀ ਵਾਲਾ ਤੋੜਿਆ ਹੋਵੇ, ਇਹ ਪੰਜਾਬ ਦੇ ਹੀ ਨੌਜਵਾਨਾਂ ਨੇ ਤੋੜਿਆ, ਇਹ ਗੱਲ ਸਾਫ਼ ਕਰਤੀ। ਦੂਜਾ, ਜਿਹੜੀਆਂ ਪਾਰਟੀਆਂ ਸੀ, ਜਿਹੜੀਆਂ ਸਾਰੀਆਂ ਹੀ ਕਹਿੰਦੀਆਂ ਸੀਗੀਆਂ ਵੋਟ ਪਾਰਟੀਆਂ ਕਿ ਅਸੀਂ ਕਿਸਾਨ ਹਿੱਤੂ ਹੈ, ਅਸੀਂ ਕਿਸਾਨ ਹਿੱਤੂ ਹੈ, ਉਹਨਾਂ ਦੇ ਚਿਹਰਿਆਂ ਤੋਂ ਸਾਰੇ ਪਰਦੇ ਨੰਗੇ ਕਰਤੇ। ਕੋਈ ਵੀ ਪਾਰਟੀ ਆ ਜਿਹੜੀ ਇੱਕ ਵੀ ਦੱਸ ਦੇਣ ਵੀ ਇਹ ਜਿਹੜੀ ਕੋਈ ਪਾਰਟੀ ਹੈ, BJP, ਕਾਂਗਰਸ, ਜਿੰਨੀਆਂ ਵੀ ਕੋਈ ਸਟੇਟ ਲੈਵਲ ਦੀਆਂ ਵੀ ਪਾਰਟੀਆਂ ਨੇ, ਸਾਡੇ ਪੰਜਾਬ ਦੀ ਜਿਹੜੀ ਅਕਾਲੀ ਦਲ ਪਾਰਟੀ ਆ ਜਿਹੜੀ ਕਹਿੰਦੀ ਸੀ ਇਹ ਸਾਡੀ ਕਿਸਾਨ ਆ, ਜਿਹੜੇ ਸਾਡੀ ਮਾਂ ਹੈ, ਮਾਂ ਪਿਓ ਹੈ, ਉਹ ਵੀ ਜਿਹੜੀ ਹੈਗੀ ਕੋਈ ਇਸ ਵਿਸ਼ੇ ਦੇ ਉੱਤੇ ਬੋਲੀ ਹੋਵੇ, ਉਹ ਅਸਤੀਫੇ ਉਹ ਪਾਰਟੀ ਤਾਂ ਹੀ ਛੱਡੀ ਹੈ ਜੇ ਅੰਦੋਲਨ ਉਸੇ ਭਗਿਆ। ਇਹ ਪਾਰਟੀਆਂ ਨੂੰ ਵੀ ਇਸ ਅੰਦੋਲਨ ਨੇ ਸਾਫ਼ ਕਰਤਾ ਕਿ ਇਹ ਜਿਹੜੇ ਕਿਸਾਨ ਹੈ, ਇਹ ਜਿਹੜੇ ਕਹਿੰਦੇ ਸੀ ਅਨਪੜ੍ਹ ਹੈ ਜੀ, ਇਹਨਾਂ ਨੂੰ ਕਾਨੂੰਨਾਂ ਦਾ ਨਹੀਂ ਪਤਾ, ਸਾਡੇ ਜਥੇਬੰਦੀਆਂ ਨੇ ਇਹਨਾਂ ਦੇ ਵੱਡੇ ਵੱਡੇ ਜਿਹੜੇ ਆਪਦੇ ਆਪ ਨੂੰ ਬੁੱਧੀਜੀਵੀ ਕਹਾਉਂਦੇ ਸੀਗੇ ਮੰਤਰੀ, ਉਹਨਾਂ ਨੂੰ ਵੀ ਲਾਜਵਾਬਤਾ ਕਲੋਜ਼ ਬਾਈ ਕਲੋਜ਼ ਜਿਹੜਾ ਉਹਨਾਂ ਨਾਲ ਡਿਸਕਸ ਕੀਤੀ ਹੈ ਉਹ ਹੱਥ ਖੜ੍ਹੇ ਕਰਕੇ ਵੀ ਸਾਡੇ ਬਸ ਦਾ ਰੋਗ ਨਹੀਂ ਗਾ। ਅੱਛਾ, ਮੈਨੂੰ ਇਹ ਦੱਸੋ ਕਿ ਤੁਸੀਂ ਸਿਆਸੀ ਪਾਰਟੀਆਂ ਦੀ ਗੱਲ ਕਰੀ ਹੈ, ਤੁਹਾਡੀ ਸਟੇਜ 'ਤੇ ਵੀ ਕਿਸੇ ਸਿਆਸੀ ਪਾਰਟੀ ਨੂੰ ਆਉਣ ਨਹੀਂ ਦਿੱਤਾ ਜਾ ਰਿਹਾ, ਜਥੇਬੰਦੀਆਂ ਹੁਣ ਅਸੀਂ ਜਿਵੇਂ ਇਕੱਠੀਆਂ ਦੇਖ ਰਹੇ ਹਾਂ, ਤੁਹਾਨੂੰ ਲੱਗਦਾ ਹੈ ਕਿ ਇਸ ਤਰੀਕੇ ਦਾ ਕੋਈ ਵਿਚਾਰ ਹੋਣਾ ਚਾਹੀਦਾ ਹੈ ਕਿ ਭਵਿੱਖ ਦੇ ਵਿੱਚ ਇੱਕ ਸਿਆਸੀ ਧਿਰ ਦੇ ਤੌਰ 'ਤੇ ਵੀ ਇਹ ਜਥੇਬੰਦੀਆਂ ਇਕੱਠੀਆਂ ਹੋ ਕੇ ਆਉਣ, ਕਿਉਂਕਿ ਕਿਸਾਨਾਂ ਦੇ ਮਸਲੇ ਤਾਂ ਸਾਰਿਆਂ ਦੇ ਇੱਕੋ ਜਿਹੇ ਨੇ, ਕੋਈ ਵੱਧਾ ਫਰਕ ਤਾਂ ਹੈ ਨਹੀਂ, ਤੁਹਾਨੂੰ ਲੱਗਦਾ ਕਿ ਇੱਕ ਸਿਆਸੀ ਧਿਰ ਦੇ ਤੌਰ 'ਤੇ ਵੀ ਭਵਿੱਖ 'ਚ ਕੋਈ ਵਿਚਾਰ ਹੋ ਸਕਦਾ ਹੈ ਕਿ ਇਕੱਠੇ ਹੋ ਕੇ ਸਿਆਸਤ ਦੇ ਵਿੱਚ ਵੀ ਜਥੇਬੰਦੀਆਂ ਆਉਣ? ਨਹੀਂ, ਵੇਖੋ ਗੱਲ ਇਹ ਹੈ, ਅਸੀਂ ਸਮਝਦੇ ਹਾਂ ਵੀ ਜਿਹੜਾ ਇਹ ਪਾਰਲੀਮੈਂਟ ਹੈ, ਪਾਰਲੀਮੈਂਟ ਦੇ ਵਿੱਚ ਜੇ ਅਸੀਂ ਵੀ ਚੋਣਾਂ ਲੜਕੇ, ਪਹਿਲੀ ਗੱਲ ਤਾਂ ਸਾਨੂੰ ਜਿੱਤਣ ਨਹੀਂ ਦੇਣਾ ਕਿਉਂਕਿ ਅਰਬਾਂ ਖਰਬਾਂ ਪਤੀਆਂ ਦਾ ਕੰਮ ਆ ਇਹ, ਅਡਾਨੀ ਬਾਨੀ ਵਰਗਿਆਂ ਦਾ, ਤੁਹਾਨੂੰ ਪਤਾ ਹੀ ਹੈ ਪਿਛਲੀ ਚੋਣ ਕਿਵੇਂ ਹੋਈ ਹੈ, ਪਰ ਇਹ ਪਾਰਲੀਮੈਂਟ ਹੈ ਜਿਹੜਾ, ਪਾਰਲੀਮੈਂਟ ਇਕੱਲਾ ਇਹ ਮੰਤਰੀ ਜਿਹਦੇ ਜਿਹੜੇ ਪ੍ਰਧਾਨ ਮੰਤਰੀ ਇਹ ਨਹੀਂ ਹੈ, ਇਹਦੇ ਬੈਕ ਦੇ ਉੱਤੇ ਬਹੁਤ ਵੱਡਾ ਜਾਲ ਵਿਛਿਆ ਹੋਇਆ, ਬਹੁਤ ਕੰਮੀ ਕੰਪਨੀਆਂ ਦਾ, ਕਾਰਪੋਰੇਟ ਘਰਾਣਿਆਂ ਦਾ, ਸਾਮਰਾਜੀ ਦੇਸ਼ ਨੇ ਜਿਹੜੇ ਅਮਰੀਕਾ ਵਰਗੇ, ਇੰਗਲੈਂਡ ਵਰਗੇ, ਇਸ ਕਰਕੇ ਜੇ ਅਸੀਂ ਇੱਕਾ ਦੁੱਕਾ MP MLA ਭੇਜ ਵੀ ਦੇਵਾਂਗੇ
उत्ते जिहड़ा हैगा भी वह नहीं चलन दे ते खराब ही होगा। इस करके असीं कहिंदे आ भी जिन्ना तक जथेबंदक ताकत है जिहड़ी तुहाडी, हुण वेखो पंजाब दे विच 4 महीने हो गए, हुण जिहड़ा हैगा टोल प्लाजे बंद है, मॉल बंद है, किन्ने जिहड़े इहनां दे कारपोरेटर दे घराणे बंद है, हुण साडी किहड़ा सरकार है उत्थे? ਇਹ ਲੋਕ ਤਾਕਤ ਹੀ ਹੈ, ਇਹ ਕਿਸਾਨ ਤਾਕਤ ਹੀ ਹੈ। ਇਸ ਕਰਕੇ ਵੀ ਜਿਹੜੀ ਕਿਸਾਨ ਤਾਕਤ ਹੈ, ਲੋਕ ਤਾਕਤ ਹੈ, ਇਹ ਵੱਡੀ ਹੈ। ਇਸ ਕਰਕੇ ਅਸੀਂ ਇਹਨਾਂ ਲੋਕਾਂ ਦੇ ਉੱਤੇ ਟੇਕ ਰੱਖੀ ਹੈ ਵੀ ਲੋਕ ਤਾਕਤ ਦੇ ਨਾਲ ਹੀ ਜਿਹੜੇ ਹੈਗੇ ਮਸਲੇ ਆ ਜਿਹੜੇ ਉਹ ਹੱਲ ਕੀਤੇ ਜਾਣ। ਅਸੀਂ ਮੰਨੀਏ ਕਿ ਜਿਹੜੀਆਂ ਸਿਆਸੀ ਕਿਸਾਨ ਜਥੇਬੰਦੀਆਂ ਨੇ ਉਹਨਾਂ ਨੂੰ ਜਿਹੜਾ ਇਹ ਸਿਆਸੀ ਮਾਡਲ ਹੈ, ਸਿਆਸੀ ਜਿਹੜਾ ਪੂਰਾ ਸਿਸਟਮ ਸਾਡਾ ਪਾਰਲੀਮੈਂਟ ਦਾ ਚੱਲ ਰਿਹਾ ਹੈ, ਉਹਦੇ 'ਚ ਯਕੀਨ ਉਹਨਾਂ ਦਾ ਨਹੀਂ ਹੈ? ਮਤਲਬ ਉਹ ਸਿਆਸੀ ਤੌਰ 'ਤੇ ਲੜਾਈ ਉਸ ਤਰੀਕੇ ਨਾਲ ਨਹੀਂ ਲੜਨਾ ਚਾਹੁੰਦੀਆਂ, ਚੋਣਾਂ 'ਚ ਨਹੀਂ ਆਉਣਾ ਚਾਹੁੰਦੀਆਂ? ਬਿਲਕੁਲ, ਉਹ ਤੁਸੀਂ ਵੇਖ ਲਓ ਹੁਣ ਜਿਹੜਾ ਇਹ ਸੁਪਰੀਮ ਕੋਰਟ ਦੇ ਵਿੱਚ ਆਪਾਂ ਕਹਿੰਦੇ ਨਾ ਵੀ ਕੋਰਟਾਂ ਕੋਰਟ ਸੁਪਰੀਮ ਕੋਰਟ 'ਚ ਕਿਸੇ ਤੋਂ 3 ਪਟੀਸ਼ਨਾਂ 4 ਪਟੀਸ਼ਨਾਂ ਪਵਾਤੀਆਂ ਵੀ ਇਹ ਜਾਮ ਖੁੱਲ੍ਹੇ ਜੀ, ਇੱਥੇ ਦਵਾਈਆਂ ਕੱਢਣੀਆਂ ਔਖਾ ਜੀ, ਉਹ ਹੋਵੇ। ਜਦੋਂ ਜਿਹੜੇ ਸਾਡੇ ਸਮਰਥਕ ਵਕੀਲ ਆ, ਜਦੋਂ ਉਹਨਾਂ ਨੇ ਕਿਹਾ ਵੀ ਜਿਹੜੇ ਇਹ ਕਾਨੂੰਨ ਹੈ, ਇਹ ਸੰਵਿਧਾਨ ਦੇ ਵਿੱਚ ਜਿਹੜੇ ਇਹ ਕਾਨੂੰਨ ਹੈ, ਇਹ ਸੈਂਟਰ ਸਰਕਾਰ ਨਹੀਂ ਬਣਾ ਸਕਦੀ, ਇਹ ਸਟੇਟਾਂ ਦਾ ਅਧਿਕਾਰ ਹੈ, ਸੂਬਿਆਂ ਦਾ ਅਧਿਕਾਰ ਹੈ, ਖੇਤੀ ਨਾਲ ਸੰਬੰਧਿਤ ਕੋਈ ਵੀ ਕਾਨੂੰਨ ਬਣਦਾ ਉਹ ਉੱਥੋਂ ਦੀ ਸਟੇਟ ਦਾ ਅਧਿਕਾਰ ਹੈ, ਕਿਉਂਕਿ ਉਹਨੂੰ ਪਤਾ ਵੀ ਇੱਥੇ ਖੇਤੀ ਕਿਹੜੀ ਹੁੰਦੀ ਹੈਗੀ। ਇਸ ਕਰਕੇ ਤੁਸੀਂ ਕਹੇ ਕਾਨੂੰਨਾਂ 'ਤੇ ਕਿਉਂ ਨਹੀਂ ਗੱਲ ਕਰਦੇ ਵੀ ਇਹ ਕਾਨੂੰਨ ਜਿਹੜਾ ਹੈਗਾ ਬਣਾ ਹੀ ਨਹੀਂ ਸਕਦੀ ਸੈਂਟਰ ਸਰਕਾਰ? ਉਹ ਸੁਪਰੀਮ ਕੋਰਟ ਇਸ ਗੱਲ 'ਤੇ ਨਹੀਂ ਆਈ, ਉਹ ਇਸ ਗੱਲ ਨੂੰ ਟਾਲ ਗਈ ਅਤੇ ਸਿਰਫ ਅਤੇ ਸਿਰਫ ਉਹਨਾਂ ਨੇ ਇਹ ਗੱਲ ਕਹੀ ਜੀ ਕਮੇਟੀ ਬਣਾ ਲਓ, ਇਹਦਾ ਕੋਈ ਹੱਲ ਨਿਕਲ ਸਕਦਾ? ਅਤੇ ਸਾਨੂੰ ਪਤਾ ਵੀ ਜੀ ਨਾ ਪਾਰਲੀਮੈਂਟ 'ਚ ਨਾ ਸੁਪਰੀਮ ਕੋਰਟ 'ਚ, ਪਾਰਲੀਮੈਂਟ 'ਚ ਵੀ ਉੱਥੇ ਕਿਹੜੀ ਬਹਿਸ ਕਰਾਈ ਗਈ ਹੈ, ਕਿਹੜੇ ਮਾਹਰਾਂ ਤੋਂ ਜਿਹੜਾ ਉਹ ਕੀਤਾ ਗਿਆ ਵੀ ਇਹ ਕਾਨੂੰਨ ਕਿਸ ਤਰ੍ਹਾਂ ਦੇ ਆ, ਕਿੰਨਾ ਕਾਨੂੰਨ ਕਿਸ ਤਰ੍ਹਾਂ ਦੇ ਆ? ਰਾਜ ਸਭਾ ਦੇ ਵਿੱਚ ਰੌਲਾ ਪਾ ਕੇ ਉਹਦੇ 'ਚ ਵੀ ਬਹੁਤ ਸਹਿਮਤੀ ਕਰ ਲਈ, ਇਹ ਬਹੁਮਤ ਦਾ ਨਜਾਇਜ਼ ਫਾਇਦਾ ਉਠਾ ਕੇ BJP। ਇਹ ਇਕੱਲੇ ਇਹ ਕਾਨੂੰਨ ਨਹੀਂ, ਕਿੰਨੇ ਕਾਨੂੰਨ ਆ ਜਿਹੜੇ ਇਹਨਾਂ ਨੇ ਜਿਹੜਾ ਹੈਗਾ ਰੱਦ ਕਰਕੇ, ਜੰਮੂ ਕਸ਼ਮੀਰ ਤੋੜਤਾ, 12 ਘੰਟੇ ਦੀ ਦਿਹਾੜੀ ਕਰਤੀ, ਲੇਬਰ ਕਾਨੂੰਨ ਤੋੜਤਾ, ਇਹ ਲਗਾਤਾਰ ਆਪਦਾ ਬਹੁਤ ਸਹਿਮਤੀ ਦਾ ਨਜਾਇਜ਼ ਫਾਇਦਾ ਉਠਾ ਕੇ ਜਿਹੜਾ ਹੈਗਾ ਇਹ ਕਰ ਰਹੀ ਹੈ। ਇਸੇ ਕਰਕੇ ਸਾਨੂੰ ਨਾ ਪਾਰਲੀਮੈਂਟ ਦੇ ਵਿੱਚ ਬਾਅਦ 'ਚ ਨਾ ਸੁਪਰੀਮ ਕੋਰਟ 'ਤੇ, ਹੁਣ ਸੁਪਰੀਮ ਕੋਰਟ ਨੇ ਸਾਡੀ ਗੱਲ ਹੀ ਨਹੀਂ ਸੁਣੀ, ਗੱਲ ਉਹਨਾਂ ਨੂੰ ਵੀ ਸੰਵਿਧਾਨ ਦੇ ਵਿੱਚ ਹੈ ਵੀ ਉਹਦੇ ਕਿਉਂ ਨਹੀਂ ਗੱਲ ਕਰਦੀ ਸੁਪਰੀਮ ਕੋਰਟ ਵੀ ਇਹ ਬਣਾ ਸਕਦਾ ਕਿ ਨਹੀਂ ਬਣਾ ਸਕਦੇ, ਉਹ 'ਤੇ ਗੱਲ ਕਰੇ। ਠੀਕ ਹੈ ਸਰ, ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਬਲਵੰਤ ਸਿੰਘ ਮਹਿਰਾਜ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਆਪਣੇ ਬਹੁਮਤ ਦੀ ਦੁਰਵਰਤੋਂ ਕਰ ਰਹੀ ਹੈ। ਇਹ ਬਹੁਮਤ ਤਾਂ ਉਹਨਾਂ ਨੂੰ ਦਿੱਤਾ ਗਿਆ ਸੀ ਕਿ ਉਹ ਲੋਕਾਂ ਦੇ ਮਸਲੇ ਸੁਲਝਾਉਣ, ਲੋਕਾਂ ਦੇ ਲਈ ਚੰਗੇ ਕਾਨੂੰਨ ਬਣਾਉਣ, ਅਤੇ ਜਿੰਨੇ ਵੀ ਕਾਨੂੰਨ ਕੇਂਦਰ ਦੀ ਸਰਕਾਰ ਬਣਾ ਰਹੀ ਹੈ ਉਸ ਦਾ ਵਿਰੋਧ ਲਗਾਤਾਰ ਹੋ ਰਿਹਾ ਹੈ, ਅਤੇ ਉਸ ਦੀ ਇੱਕ ਵੱਡੀ ਉਦਾਹਰਣ ਜਿਹੜੀ ਹੈ ਦਿੱਲੀ ਦੀਆਂ ਸਰਹੱਦਾਂ 'ਤੇ ਬੈਠੇ ਇੱਕ ਕਿਸਾਨ ਨੇ ਅਤੇ ਕਿਸਾਨਾਂ ਦਾ ਇਹ ਅੰਦੋਲਨ ਹੈ। ਕੈਮਰਾ ਪਰਸਨ ਜੱਗੀ ਦੇ ਨਾਲ ਕੁਲਵਿੰਦਰ ਸਿੰਘ, ਜਸ ਪੰਜਾਬੀ, ਦਿੱਲੀ। ਜਸ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ। ਕਿਸਾਨ ਅੰਦੋਲਨ ਦੀ ਜਿੱਥੇ ਪਲ ਪਲ ਦੀ ਅਪਡੇਟ ਅਸੀਂ ਤੁਹਾਨੂੰ ਦੇ ਰਹੇ ਹਾਂ, ਉੱਥੇ ਹੀ ਜੋ ਤਮਾਮ ਇੱਥੇ ਆਗੂ ਪਹੁੰਚੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰ ਰਹੇ ਹਾਂ। ਬਹੁਤ ਸਾਰੇ ਆਗੂ ਅਜਿਹੇ ਨੇ ਬੜੇ ਲੰਬੇ ਸਮੇਂ ਤੋਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਲੜਾਈ ਲੜਦੇ ਆ ਰਹੇ ਨੇ। ਸਾਡੇ ਨਾਲ ਜੋ ਕਿਸਾਨਾਂ ਦੀ ਕੋਆਰਡੀਨੇਸ਼ਨ ਕਮੇਟੀ ਬਣੀ ਹੋਈ ਹੈ ਉਸ ਦੇ ਮੈਂਬਰ ਸਤਨਾਮ ਸਿੰਘ ਬੈਰੂ ਜੀ ਮੌਜੂਦ ਨੇ। ਦਰਅਸਲ ਇਹਨਾਂ ਬਾਰੇ ਮੈਂ ਦੱਸਦਾ ਕਿ ਇਹ ਉਹੀ ਆਗੂ ਨੇ ਜੋ ਸੁਪਰੀਮ ਕੋਰਟ ਦੇ ਵਿੱਚ BJP ਦੀ ਸਰਕਾਰ ਨੇ ਸਵਾਮੀਨਾਥਨ ਕਮਿਸ਼ਨ ਨੂੰ ਲੈ ਕੇ ਇੱਕ ਹਲਫਨਾਮਾ ਦਿੱਤਾ ਸੀ ਕਿ ਇਸ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਨਹੀਂ ਹੋ ਸਕਦੀਆਂ। ਉਹ ਲੜਾਈ ਸਤਨਾਮ ਸਿੰਘ ਬੈਰੂ ਜੀ ਹੀ ਲੜ ਰਹੇ ਸੀ, ਪੂਰੀ ਪਟੀਸ਼ਨ ਇਹਨਾਂ ਦੇ ਵੱਲੋਂ ਪਾਈ ਗਈ ਸੀ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਅਤੇ ਮੌਜੂਦਾ ਸਮੇਂ 'ਤੇ ਜੋ ਇਹ ਅੰਦੋਲਨ ਚੱਲ ਰਿਹਾ ਹੈ ਉਸ ਬਾਰੇ ਉਹਨਾਂ ਦੇ ਕੀ ਵਿਚਾਰ ਨੇ? ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ, ਇਸ ਕਰਕੇ ਅੰਦੋਲਨ 'ਚ ਸ਼ਾਮਲ ਨਹੀਂ ਹੋਏ, ਹੁਣ ਸਿਹਤਯਾਬ ਹੋਏ ਨੇ ਅਤੇ ਵਾਪਸ ਆਏ ਨੇ। ਬਹੁਤ ਜਿਹੜੇ ਸੀਨੀਅਰ ਆਗੂ ਨੇ ਗੱਲਬਾਤ ਕਰਦੇ ਹਾਂ ਸਰ, ਸਭ ਤੋਂ ਪਹਿਲਾਂ ਜਸ ਪੰਜਾਬੀ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਤੁਹਾਡੀ ਸਿਹਤ ਠੀਕ ਹੈ ਹੁਣ? ਕਿਸਾਨ ਵਰਤੀ ਦਾ ਧੰਨਵਾਦ। ਸਿਹਤ ਠੀਕ ਹੈ ਹੁਣ ਤੁਹਾਡੀ? ਬਹੁਤ ਚੜ੍ਹਦੀ ਕਲਾ 'ਚ ਮੈਂ 14 ਤੋਂ ਹਾਜ਼ਰ ਹੋ ਗਿਆ, ਬਹੁਤ ਲੇਟ ਚੱਲ ਰਿਹਾ ਸਰ, ਕੁਦਰਤ ਦੀ ਖੇਡ ਹੈ। ਅੱਛਾ ਹੁਣ ਦੱਸੋ ਕਿਵੇਂ ਚੱਲ ਰਿਹਾ ਅੰਦੋਲਨ ਤੁਹਾਡਾ ਇਹ ਚੜ੍ਹਦੀ ਕਲਾ? ਬਹੁਤ ਬਹੁਤ ਬੁਲੰਦੀਆਂ ਵੱਲ ਇਹ ਅੰਦੋਲਨ, ਅਤੇ ਜਿੰਨੀ ਵੀ ਤਾਰੀਫ ਕੀਤੀ ਜਾਂ ਥੋੜ੍ਹੀ ਹੈ, ਖਾਸ ਕਰਕੇ ਇਹਦੇ ਵਿਸ਼ੇਸ਼ ਗੱਲ ਇਹ ਆਈ ਹੈ, ਇਹ ਪਹਿਲੀ ਵਾਰ ਕਿਸਾਨ ਲੀਡਰਾਂ ਦਾ ਕਿਸਾਨ ਭਰਾਵਾਂ ਵਿੱਚ ਵਿਸ਼ਵਾਸ ਬੱਝਿਆ, ਤਾਂ ਇਹ ਸੱਦਾ ਦਿੱਤਾ ਆਓ ਦਿੱਲੀ ਚੱਲੀਏ। ਅਤੇ ਕਿਸਾਨ ਲੀਡਰਾਂ ਦੇ ਵਿੱਚ ਵਿਸ਼ਵਾਸ ਜਿਹੜਾ ਬੱਝਿਆ ਹੈ ਉਹ ਵੀ ਬਹੁਤ ਪਰਬਤ ਵਰਗਾ ਜਨਤਾ ਦਾ, ਪਹਾੜ ਜਿੱਡਾ ਸਾਡਾ ਵਿਸ਼ਵਾਸ ਕਿਸਾਨਾਂ ਵਿੱਚ, ਔਰ ਕਿਸਾਨਾਂ ਦਾ ਪਰਬਤ ਤੋਂ ਵੀ ਵੱਡਾ ਵਿਸ਼ਵਾਸ ਕਿਸਾਨ ਲੀਡਰਾਂ ਵਿੱਚ। ਇਹ ਬਹੁਤ ਵੱਡਾ ਇੱਕ ਸਾਡੀ ਜਿੱਤ ਦਾ ਮੁੱਢ ਹੈ। ਸੋ ਬਹੁਤ ਵੱਡਾ ਇਹ ਅੰਦੋਲਨ ਹੈ, ਔਰ ਬਹੁਤ ਇਹ ਜਿੱਤ ਵੱਲੇ ਬਹੁਤ ਤੇਜ਼ੀ ਨਾਲ ਹੁਣ ਵੱਧ ਰਿਹਾ ਮੇਰੇ ਜ਼ਿੰਦਗੀ ਦੇ ਤਜਰਬੇ ਮੁਤਾਬਕ। ਅੱਛਾ, ਇੱਕ ਸਰਕਾਰ ਨੇ ਹੁਣ ਮੁੜ ਤੋਂ ਜਿਹੜਾ ਇਹ ਚਿੱਠੀ ਭੇਜੀ ਹੈ ਗੱਲਬਾਤ ਨੂੰ ਲੈ ਕੇ, ਕੀ ਲੱਗਦਾ ਹੈ ਵੀ ਸਰਕਾਰ ਦੀ ਸਥਿਤੀ ਕੀ ਹੈ ਇਸ ਵੇਲੇ ਇਸ ਅੰਦੋਲਨ ਨੂੰ ਹੁਣ ਮਹੀਨਾ ਹੋਣ ਵਾਲਾ ਹੈ, ਕੀ ਹਾਲਾਤ ਹੈ ਸਰਕਾਰ? ਕੱਲ੍ਹ ਸਾਡੀਆਂ ਮੀਟਿੰਗਾਂ ਹੋਈਆਂ, ਪਹਿਲਾਂ ਪੰਜਾਬ ਦੀਆਂ ਜਥੇਬੰਦੀਆਂ ਦੀਆਂ 10 ਤੋਂ 12 ਵਜੇ, ਫਿਰ 2 ਤੋਂ ਆਲ ਇੰਡੀਆ ਦੀ ਜਿੰਨੀਆਂ ਜਥੇਬੰਦੀਆਂ ਕੋਲ ਸਾਡਾ ਮੀਟਿੰਗ ਹੋਈ ਉਦੋਂ ਤੋਂ ਲੈ ਕੇ ਕੱਲ੍ਹ ਅਸੀਂ ਲੇਖਾ ਜੋਖਾ ਕੀਤਾ ਹੈ, ਜਿਹੜਾ ਇਹ ਪੱਤਰ ਆਇਆ ਹੈ ਇਹ ਕੱਲ੍ਹ ਨੂੰ ਫਿਰ ਸਾਡੀ ਮੀਟਿੰਗ ਹੋਵੇਗੀ, ਇਸ ਪੱਤਰ 'ਤੇ ਅਸੀਂ ਵਿਚਾਰ ਕਰਾਂਗੇ ਸਰਕਾਰ ਦਾ ਕੀ ਰੋਗੇ, ਸਰਕਾਰ ਸਾਨੂੰ ਕਿਸ ਤਰ੍ਹਾਂ ਦਾ ਵਰਤਣਾ ਚਾਹੁੰਦੀ ਹੈ ਜਾਂ ਕਿਸ ਤਰ੍ਹਾਂ ਕੋਈ ਹੱਲ ਚਾਹੁੰਦੀ ਹੈ, ਅਸੀਂ ਉਹਨੂੰ ਪੂਰਾ ਗੰਭੀਰਤਾ ਨਾਲ ਲਵਾਂਗੇ ਇਸ ਚਿੱਠੀ।
सर एक सानू स्वामीनाथन वाले रिपोर्ट बारे दसो जी तुसी लंबी लड़ाई लड़ रहे हो इन्ने समय तो उसकी शुरुआत की सोच के तुसी कीती सी ते पिछली जी यूपीए की सरकार थी ते मौजूदा जी सरकार है उन्होंने स्टैंड दे विच तुसी किवें दोवां दा स्टैंड देखते हो? इस तरह के एक देशभक्त किसान अंदोलन असी शुरू किया 2004 असी रोस जाहिर किया भारत सरकार सामने भी कोई ठोस खेती नीति क्यों नहीं बनी। डॉक्टर मनमोहन सिंह ने उस अंदोलन में एक कमेटी बनाई एम एस स्वामीनाथन की अगवाई में उनके 5 मैंबर सी ते उस एम एस स्वामीनाथन की अगवाई वाली कमेटी ने सर छोटू राम का इतिहास याद कराता। वो एग्रीकल्चर यूनीवर्सिटियां विच गया किसानां दे खेतां विच गया और पूरा उन्होंने 2 साल मेहनत करके 6 जिल्दां विच रिपोर्ट दे दित्ती और उत्थों शुरू करदा जे देश नूं ते किसान नूं बचाउणा है बहुत लेट हो गया इन बिन लागू करो। पर अफसोस डॉक्टर मनमोहन सिंह वो मौका गवा बैठा उन्हों रद्दी की टोकरी में सट बैठा जदों साडा ना चारा दौलना राही चलिया धरनिया राही चलिया। फिर 2011 सतनाम सिंह बैरू इंडियन फार्मर्स एसोसीएशन वालों मैं सुप्रीम कोर्ट चला गया मैं वो पक्ष दिता किसानों का किनिया खुदकशियां हुई एम एस स्वामीनाथन सिफारसा की ने वो लागू क्यों नहीं हो रही। तो माणयोग सुप्रीम कोर्ट के 3 जजों के बंच ने डॉक्टर मनमोहन सिंह की सरकार को कानून के कटहरे में खड़ा कर लिया। वो कानून के कटहरे में एडा वड्डा प्लेटफार्म देश दे विच कांग्रेस बदनाम हो गई सुप्रीम कोर्ट जाण करके। तो फिर 2000 मैं संखेप दसना चाहना वा बड़ा लंबा ये मुद्दा है 2014 जो पार्लीमेंट चोणा हुई बीजेपी ने बहुत राजनीतिक पत्ता खेडिया भी कांग्रेस इस मुद्दे पर बदनाम हो चुकी है आपां किसानां नूं कोई पत्ता खेडिए। उन्होंने पत्ता खेडता किसानों सानू वोटा पाओ जिहड़ा मनमोहन सिंह सोनिया ने काम नहीं किया असी करांगे। सो वीरो वो वोटा पै गई प्रधानमंत्री बन गया। फिर मेरी पटिशनर चल रही थी मैं जिहड़ा बीजेपी का चोण वादा सी वो रिकॉर्ड के उत्ते सुप्रीम कोर्ट की रिट के उत्ते कल्पनामा दे के मेरे वालों आया भी सच ब सच ये बड़ा लाना जरूरी है तो माणयोग अदालत ने वो मंजूर कर लिया। तो फिर जो बहस हुई सरकार विच ते साडे वकीलां दी ते साडे वकीलां ने कहा भी हुण ते नाल चोल वादा है हुण ते दो रहा ही नहीं। तो माणयोग अदालत ने एक आर्डर पास करता भी 4 हफ्तियां दे विच विच भारत सरकार एक अल्फनामा देवे भी किहड़ी तरीक तो इहनूं लागू करना है। 3 बार झिटकां खा लईआं अल्फनामे का जवाब ना दिता तो फिर जदों वेख्या एक तरफा होण लगा तो फिर इन्हां ने ये बहुत राजनीतिक घटना इनू मैं कहना भी एक नैशनल पार्टी चोण वादे तो भज के वो सुप्रीम कोर्ट के अल्फनामा देवे भी ये स्वामीनाथन फार्मूला लागू करद्या देश में गड़बड़ पैदा हो जाएगी बाजार डगमगा जाएगा। असी पुछना चाहते हैं जदों वोटा लैनिया उदों बाजार में कोई फर्क नहीं पैदा तो जदों कोई माणयोग अदालत कोई सच्चाई तो अपना चाहती है उदो अयोजा झूठा अल्फनामा दे के भाई इनू असी इन बन लागू करांगे एम एस सी जारी रखेंगे तो आ जड़े काला कानून है ये तो बहुत दे ब्रंट असी अपने 6 जून तो सद रहे हैं। मैंने ये दसो कि जी पिछली यूपीए की सरकार थी उदिया कॉरपोरेट दी नीतियां सी ते जी मौजूदा सरकार दी कॉरपोरेट नीतियां ने तुहानू लगता है कि बराबरी ने उन्होंने कोई फर्क नहीं है? वो कोई 4 कदम सी 10 कदम चले गए माड़ा तो उन्हें भी किया ए असी कोई किसी के व्यंगड़ी है असी गैर राजनीतिक अंदोलन आ सारे साढ़े सिपाही जरनल लड़ रहे हैं असी कोई किसी के पिट्ठू नहीं है ना कांग्रेस ने घट की किसान बारे और ना बीजेपी और सिरे का साढ़े ना दुश्मनी कुट रही है। टकरा प्रधानमंत्री नहीं करना चाहिए ये देश के हित में नहीं है। ये हाल ही भी द्वार से पढ़िया पढ़ ले इन जे एडवाइजर ने घबराह करके इतों तक बीजेपी का पट्ठा उन्होंने बा दिता है प्रधानमंत्री जी छवि बनी थी दुनिया के अज सूट बूट पता कितने अज दौरे क्यों कैंसल होए ने ये बारे उन्हें सोच लेना चाहिए। अमरीका कनेडा वर्गे साढ़े सिद्धांत साढ़े इस अंदोलन साड़ी शांतमई अंदोलन दुनिया पसंद कर गई यार ये बहुत साड़ी एक बड़ी प्राप्ति है। फिर मैं उत्थे ही आना जिहड़ा किसानां दा किसान लीडरां दे विच विश्वास बनिया है यही साडा एक थम है यही साडी जित दा एक पहला पड़ा है और आने वाले मैं कहना असी जित के जावांगे। तुहानू लगता है कि जिवें 2014 दे विच यूपीए नूं लोकां ने सत्ता तो बाहर किया सी इस अंदोलन तो बाद हुण बीजेपी दे लई भी उही हालात पैदा इहदे विच तो उदों माड़े होणगे इहदी तां उदों तां कुछ भी नहीं एक स्वामीनाथन सी हुण तां हजारां स्वामीनाथन सामने आउणगे ऐसी नहीं गल। बीजेपी नूं राजनीतिक शायद किसी पार्टी को इस अंदोलन तो बाद सजा मिले ये देश के इतिहास बनेगा।
बहुत बहुत धन्यवाद सर। ये सन सतनाम सिंह बैरू जी, तो दस दिए कि लंबी लड़ाई उन्होंने लड़ी है, तो उन्होंने कहना है कि एक बहुत वड्डी घटना सी जिहड़ा केंद्र दी एक सरकार ने ते एक कौमी पार्टी BJP जो अपने मैनीफेस्टो च वादा करती है किसानों के नाल कि असी स्वामीनाथन कमीशन की रिपोर्ट लागू करांगे, जो वड्डे भरोसे उस रिपोर्ट दे विच दित्ते गए उन्होंने लागू करांगे। तो सत्ता चोण तो बाद जो कोर्ट के सवाल किया गया हलफनामा दाखिल करने के लिए कोर्ट ने कहा कि दसो कदों तक लागू करोगे जो वादा किया सी, तां कोर्ट दे विच जाके BJP साफ तौर तो मुनकर हो गई सी कि असी स्वामीनाथन कमीशन की रिपोर्ट लागू नहीं कर सकते। सो किसान आगुआ का कहना है कि BJP ने भी उस राह को अख्तियार किया जो इस तो पहला कांग्रेस से UPA की सरकार जिन्हां राहों पर चल रही थी, सगो BJP उस तो वड्डे पद्धर से कारपोरेट के हक में उभर के सामने आ रही है, तो इस दे नतीजे BJP नू भी भविख दे विच जिहड़ी सियासी जिहड़े चोणां होणगीआं उहनां दे विच वड्डे पद्धर से भुगतना पएगा, तो UPA दे नालों भी बदतर हालत जिहड़ी है वह BJP की होएगी। कैमरा परसन जग्गी दे नाल कुलविंदर सिंह, जस पंजाबी, दिल्ली। किसान अंदोलन के वख-वख आगुआं दे नाल गलबात साडी जारी है जी कि मौजूदा स्थिति जिहड़ी है उस विचाले किसान जथेबंदियां की विचार कर रही ने, केंद्र वल्लों चिट्ठी भी भेजी जा रही है, तो किसान जथेबंदियां भविख च किस तरीके की रणनीति बना रही ने, तो किस तरीके पूरी लड़ाई चल रही है। सर सब तो पहले अपना नाँ ते तुहाडी जथेबंदियां दा नाम दो। मैं गुरबख्श सिंह पंजाब तो, जय किसान अंदोलन पंजाब दे प्रधान। ठीक है, हाँ जी गुरबख्श सिंह जी, सब तो पहले दसो कि कुछ तैयारी है हुण केंद्र सरकार ते दबाव बनाउण दे लई, किवें तुसीं केंद्र सरकार नूं इन्हां खेती कानूनां नूं रद्द कराउण दे लई प्रेशराइज़ करन जा रहे हो? तैयारी तो तुम हर रोज़ खबर ही करते हो कि तैयारी तो असं आके अच्छी तो दिल्ली वालू जा रहे थे, उन्होंने सानू रोकया हुआ है, और तैयारी के अंदर पिंडा के अंदरों ट्रालिया लगातार असी जे मतलब नहीं वादा तो असं ट्रालिया की होर आमदन शुरू करके ये दिखावे कि उस मोर्चे को होर मजबूत करा, और जोड़े बहरले नाके ने उन्होंने होर मजबूत करा, दिल्ली सरकार की घेराबंदी करा, ना कि दिल्ली के लोगों की। तो हम जी जथेबंदी ने एक तैयारी की है जी कि कई बड़े ऐलान किए गए हैं कि असी टोल प्लाजे भी घेरने हैं, तो एक प्रधानमंत्री ने जरा जो कोरोना को भजाने के लिए तालियां थालियां खड़काईया सी, उस तरीके की भी तुसी रणनीति बनाई है, उहदा की मकसद है उहदे पिछे? सब तो पहला तो असी कल मीटिंग की है, मीटिंग के अंदर असी बड़े अहम फैसले ले ने, तुसी देख ही रहे हो अज स्टेज तो 11 मैंबर लड़ीवार भुख हड़ताल 24 घंटे की लड़ीवार भुख हड़ताल शुरू होगी, और 23 तरीक नूं परसों नूं असी किसान दिवस मना रहे हैं, उस दिन असी पूरे देश के किसानों नूं सद्दा दिता है को एक दिन दुपहर के खाने का बाइकाट करन, जिहड़ा देश का अन्नदाता है वह आप भुखा रहे पर देश लई उहने कुरबानी की है उहनूं साबित करे, तो नाल दी नाल असी फैसला किया कि 25-26 तरीक नूं जिन्ने भी BJP के मंत्री ने जां उन्हां दीआं सहयोगी पार्टियां ने उन्हां दबाव बनाया जाऊगा कि किसानां दी मंग सुने केंद्र सरकार, जे नहीं सुनदी तां उन्हां दे घराओ वगैरह करन दा भी असीं अगला फैसला लवांगे। इहदे नाल ही नहीं, क्योंकि जिहड़ी जंग है इह पंजाब चों शुरू हुई है, पंजाब देश दा इक कोना है, उत्थों गल जिवें आपां इक चुल्हे च थोड़ी जी मतलब बालदे आ ना कागज़, उस तो बाद अग फैलती जाती है, ये पूरे देश के अंदर फैल ज्यों ज्यों फैल रही है, असी तेज़ मूवमेंट नूं और जिथे मूवमेंट घट है उन्हां दा समेल करके उस किस्म के एक्शन अगे दे रहे हैं, और उस एक्शन के अंदर असी जिहड़ा वड्डा एक्शन एक लिखांगे कि मोदी ने कदे भी आ लोगों की गल नहीं सुनी, जन की गल नहीं सुनी, उन्हें मन की बात कही है, जदों भी हुण मोदी साहब अपनी कोई गल कहणगे मन की बात कहणगे तो उन्होंने कोरोना जे थालियां बजाउण ना भज सकदा है तो असी भी उस दिन तालियां बजा के उन्हां दा यह मतलब मोदी साहब नूं दसांगे कि जिहड़े कानून ने इन्हां नूं भी तालियां बजा के भजाया जाए। ठीक है सर, तुसीं अपना नाम दसो, कि जथेबंदी तुहाडी? मैं हरदेव सिंह संधू, सरप्रस्त करती किसान यूनियन पंजाब। तुसीं दसो कि अंदोलन की हाल फिलहाल स्थिति तुसीं की वेख रहे हो, तो केंद्र की सरकार से किन्ना क दबाव इस अंदोलन का बढ़ता जा रहा है? लगातार अंदोलन बढ़ रहा, पंजाब तो शुरू होकर देशव्यापी हुंदा जा रहा, केंद्र सरकार से बहुत ज़्यादा दबाव है, जो केंद्र सरकार कर रही है एक भरार च कर रही है, बहुत सारिया गल योजना झूठ बोलना, इन्होंने मंत्रियों वालों झूठ बोलना, पिंडा जाके लोगों तक झूठ फैलाना, हुण मोदी खुद आ गया मैदान च वह भी झूठ बोल रहे हैं, ये जिहड़े झूठ बोल रहे हैं सच्चाई नूं लोगों तो दूर रखने की कोशिश कर रहे हैं, जिहड़े लोग अंदोलन शामिल है जां सुणदे आ आउंदे आ जांदे आ उन्हां सारिआं ने इस गल का उन्होंने यकीन हो गया भी साडीआं मंगां जायज़ आ, इह साडे मौत दे वरंट है। इस तो अलावा मैं एक होर गल करनी चाहुंदा, सवाल करदा केंद्र सरकार तो भी अज तक असी बहुत बारी भाषणां च कहा हैगा, अखबारों च भी छपया हैगा भी मोदी सरकार नूं अधिकार ही है नहीं है कानून बनाउण दा, ये राज्यां दा विशा है, संविधान की उलंघना करके उन्होंने ये जिहड़े दो कानून पहले बनाए आ उलंघना करके बनाए आ। दूसरी गल, खेती ते किसानी नूं रलगड़ किया जा रहा, किसानी तबाह होनी है, 75 करोड़ लोग जिहड़े सड़कां ते आउणे उन्हां नूं कित्थे खपाउणगे कित्थे एडजस्ट करनगे। दूसरा जिहड़ा हैगा जिहड़े आम लोग आ
ਉਹਨਾਂ ਦੇ ਵਿਰੁੱਧ ਜਿਹੜਾ ਤੀਜਾ ਕਾਨੂੰਨ ਆ ਇੰਨਾ ਖਤਰਨਾਕ ਆ, ਉਹ ਪਿੰਡਾਂ ਦੇ, ਕਸਬਿਆਂ ਦੇ, ਸ਼ਹਿਰਾਂ ਦੇ ਜਿਹੜੇ ਆਮ ਲੋਕਾਂ ਦੇ ਖਿਲਾਫ ਆ। ਜ਼ਰੂਰੀ ਵਸਤੀਆਂ ਸਟੋਰ ਕਰਨ ਦੀ ਖੁੱਲ੍ਹ ਦਿੱਤੀ ਆ ਇਹ ਜਿਹੜੇ ਤਿੰਨੇ ਕਾਨੂੰਨ। ਬਿਜਲੀ ਬਿੱਲ 2000 ਰੁਪਏ ਵੀ ਰਾਜਾਂ ਦਾ ਵਿਸ਼ਾ ਜਿਹੜਾ ਹੈਗਾ। ਅਗਲਾ ਇਹਨਾਂ ਨੇ ਬਣਾਇਆ ਹੈਗਾ ਪਰਾਲੀ ਪਰੂਲੀ ਦਾ, ਉਹ ਵੀ ਕਾਨੂੰਨ ਜਿਹੜਾ ਹੈਗਾ ਗਲਤ ਆ, ਕਿਉਂਕਿ ਪਰਾਲੀ ਦਾ ਹੱਲ ਕਰਨ, ਹੱਲ ਕੀ ਆ, ਸਾਰੀਆਂ ਜਿਨਸਾਂ ਦੇ ਭਾਅ ਦੇਣ, ਮੁਨਾਫਾ ਬਰਾਬਰ ਹੋਵੇ, ਜੋ ਮਰਜ਼ੀ ਬਿਜਾ ਲੈਣ। ਫਸਲਾਂ ਦਾ ਫਸਲੀ ਭਿੰਨਤਾ ਨੂੰ ਖਾ ਗਿਆ ਹਰਾ ਇਨਕਲਾਬ, ਹਰਾ ਇਨਕਲਾਬ ਦੇ ਨਾਲ ਜਿਹੜਾ ਨੁਕਸਾਨ ਹੋਇਆ ਪੰਜਾਬ ਦਾ ਵੀ ਹੋਰ ਵੀ ਲੋਕ ਦੇ ਸੂਬਿਆਂ ਦਾ, ਜਿੱਥੇ ਜਿੱਥੇ ਵੀ ਇਹ ਲਾਗੂ ਕੀਤਾ। ਤੁਸੀਂ ਦੇਖ ਲਓ ਖੁਦਕੁਸ਼ੀਆਂ ਦੀਆਂ ਖਬਰਾਂ ਸਿਰਫ ਉੱਥੋਂ ਆ ਰਹੀਆਂ ਜਿੱਥੇ ਇਹ ਹਰਾ ਇਨਕਲਾਬ ਦੇ ਨਾਂ 'ਤੇ ਸਾਂਵਲਾ ਜੀ ਮਾਡਲ ਲਾਗੂ ਕੀਤਾ ਗਿਆ। ਇਸ ਕਰਕੇ ਉਹਨੂੰ ਠੀਕ ਕਰਨ, ਸਾਡਾ ਦੇਸ਼ ਅੱਜ ਵੀ ਸੋਨੇ ਦੀ ਚਿੜੀ ਆ, ਹਰ ਚੀਜ਼ ਇੱਥੇ ਪੈਦਾ ਹੁੰਦੀ। ਚਿੱਠੀ ਵਾਲਾ ਦੱਸੋ, ਜਿਹੜੀ ਕੇਂਦਰ ਸਰਕਾਰ ਨੇ ਹੁਣ ਮੁੜ ਤੋਂ ਗੱਲਬਾਤ ਲਈ ਚਿੱਠੀ ਭੇਜੀ ਹੈ, ਲੱਗਦਾ ਕਿ ਕੋਈ ਮਤਲਬ ਹੈ ਕੇਂਦਰੀ ਮੰਤਰੀ ਨਾਲ ਗੱਲਬਾਤ ਕਰਨ ਦਾ, ਕਿਉਂਕਿ ਪਹਿਲਾਂ ਬਹੁਤ ਮੀਟਿੰਗਾਂ ਹੋ ਗਈਆਂ ਨੇ? ਚਿੱਠੀ ਦੇ ਵਿੱਚ ਕੁਝ ਵੀ ਨਵਾਂ ਨਹੀਂ, ਹਾਲਾਂਕਿ ਮੇਰੇ ਫੋਨ 'ਤੇ ਨਹੀਂ ਆਈ ਹੈ, ਉੱਦਾਂ ਮੈਂ ਪੜ੍ਹੀ ਹੈ, ਚਿੱਠੀ ਦੇ ਵਿੱਚ ਕੁਝ ਵੀ ਨਵਾਂ ਨਹੀਂ ਹੈ। ਉੱਦਾਂ ਹੀ ਲੋਕਾਂ ਵਿੱਚ ਜਿਹੜਾ ਸੱਚਾ ਮੂੰਹ, ਜਿਵੇਂ ਕਹਿੰਦੇ ਮੂੰਹ ਰਖਾਈ ਲਈ ਉਹਨਾਂ ਨੇ ਇਹ ਭੇਜੀ ਹੈ ਚਿੱਠੀ, ਇਹ 'ਚ ਕੁਝ ਵੀ ਨਵਾਂ ਨਹੀਂ। ਸਾਡੇ ਨਾਲ ਜਿਹੜੀਆਂ ਲੀਡਰਾਂ ਨੇ ਪਹਿਲਾਂ ਇਹ ਸੁਝਾਅ ਨਹੀਂ ਸੀ ਦਿੱਤੇ, ਉਹਨਾਂ ਨੇ ਕਿਹਾ ਸੀ ਵੀ ਆਹ ਪੁਆਇੰਟ ਆ ਜਿਹੜੇ ਖਤਰਨਾਕ ਆ, ਇਹ ਕਹਿੰਦੇ ਸੋਧਾਂ ਦੇ ਅਸੀਂ ਕਰਤੀਆਂ, ਸੋਧਾਂ ਤਾਂ ਸਾਡੀ ਮੰਗ ਹੀ ਨਹੀਂ। ਇਹ ਜਿਹੜੇ ਕਾਨੂੰਨ ਆ ਰੱਦ ਹੋਣੇ ਚਾਹੀਦੇ ਆ, ਤਿੰਨੇ ਦੋਨੇ ਬਿਜਲੀ ਬਿੱਲ, ਇਹ ਸੂਬਿਆਂ ਦੇ ਅਧਿਕਾਰਾਂ 'ਤੇ ਹਮਲਾ ਆ, ਸੰਵਿਧਾਨ ਦੀ ਉਲੰਘਣਾ ਆ। ਸਰ ਇੱਕ ਦੱਸੋ ਕਿ ਜਿਹੜਾ ਹੁਣ ਸਰਕਾਰ ਨੇ ਨਵੀਂ ਚਿੱਠੀ ਭੇਜੀ ਹੈ, ਉਹਦੇ 'ਚੋਂ ਕਹਿੰਦੇ ਆ ਕਿ ਜਥੇਬੰਦੀਆਂ ਨਿਰਧਾਰਤ ਕਰਨਗੇ ਉਹ ਕਿੰਨੀ ਤਰੀਕ ਨੂੰ ਮਿਲ ਸਕਦੀਆਂ, ਉਹਨੂੰ ਤੁਸੀਂ ਕਿੱਦਾਂ ਦੇਖਦੇ? ਪਹਿਲੀ ਗੱਲ ਤਾਂ ਇਹ ਤੋਂ ਪਹਿਲਾਂ ਜਿਹੜੀਆਂ ਜਿੰਨੀਆਂ ਵੀ ਮੀਟਿੰਗਾਂ ਹੋਈਆਂ ਨੇ ਉਹ ਜਥੇਬੰਦੀਆਂ ਨੇ ਨਿਰਧਾਰਤ ਨਹੀਂ ਕਰੀਆਂ, ਸਰਕਾਰ ਨੇ ਕਰੀਆਂ ਨੇ। ਦੂਸਰੀ ਗੱਲ, ਕਿਸੇ ਹੋਸਟ ਨੂੰ ਕੋਈ ਗੈਸਟ ਨੂੰ ਕੋਈ ਹੋਸਟ ਬੁਲਾਉਂਦਾ ਹੁੰਦਾ, ਅਸੀਂ ਉਹਨਾਂ ਦੇ ਗੈਸਟ ਹਾਂ, ਅਸੀਂ ਭਲਾ ਉਹਨਾਂ ਨੂੰ ਡੇਟ ਨਿਰਧਾਰਤ ਕਰੀਏ? ਇਹ ਗੱਲ ਹੀ ਨਹੀਂ, ਇਹ ਸਰਕਾਰ ਨੇ ਸੋਚਣਾ। ਚਿੱਠੀ ਭੇਜੀ ਕਿਉਂ ਆ? ਇਹ ਦੋ ਕਿਸਮ ਦੇ ਭਰਮ ਭੁਲੇਖੇ ਪਾਉਣ ਲਈ। ਇੱਕ ਤਾਂ ਇਹ ਕਿ ਜਿਹੜੀ ਪਿਛਲੇ ਸਮੇਂ ਤੋਂ ਅਸੀਂ ਕਹਿੰਦੇ ਰਹੇ ਹਾਂ ਕਿ ਡੈਡਲੌਕ ਸਰਕਾਰ ਨੇ ਪੈਦਾ ਕੀਤਾ, ਅਸੀਂ ਨਹੀਂ ਕੀਤਾ, ਉਹਨੂੰ ਆਪਦੇ ਜਾਣੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਰਕਾਰ ਸੁਹਿਰਦ ਹੈ। ਅਸਲ 'ਚ ਉਹ ਸੁਹਿਰਦ ਨਹੀਂ, ਉਹ ਇੱਕ ਛਲਾਵ ਹੈ, ਉਹ ਇੱਕ ਮਤਲਬ ਢੰਗ ਹੈ। ਸੈਕਿੰਡਲੀ, ਜਿਹੜੀ ਗੱਲਬਾਤ ਹੈ ਉਹਦੇ ਅੰਦਰ, ਚਿੱਠੀ ਦੇ ਅੰਦਰ ਲਿਖਿਆ, ਉਹ ਉਹੀ ਕੁਝ ਲਿਖਿਆ ਜੋ 5 ਦਸੰਬਰ ਦੀ ਮੀਟਿੰਗ ਦੇ ਅੰਦਰ ਅਸੀਂ ਉਹਨਾਂ ਨੂੰ ਨੁਕਤੇ ਸਮਝਾਏ ਨੇ, ਔਰ ਨੁਕਤਿਆਂ 'ਤੇ ਉਹ ਨੁਕਤਿਆਂ ਦੀ ਕਹਿੰਦੇ ਨੇ। ਅਸੀਂ ਤਾਂ ਕਹਿੰਦੇ ਹਾਂ ਕਿ ਜਦੋਂ ਬੇਸ ਹੀ ਇਸ ਕਾਨੂੰਨਾਂ ਦਾ ਗਲਤ ਹੈ, ਇਹ ਹਾਣੀ ਰਾਜਾਂ ਦੀ ਸੂਚੀ 'ਚ, ਤਾਂ ਫਿਰ ਕੇਂਦਰ ਨੂੰ ਇਹਨਾਂ ਦੇ ਕਾਨੂੰਨ ਬਣਾਉਣ ਦਾ ਅਧਿਕਾਰ ਹੀ ਨਹੀਂ। ਇਹਨਾਂ ਨੂੰ ਰੀਪੀਲ ਕੀਤਾ ਜਾਵੇ, ਸੈਂਟਰ ਜਦ ਵੀ ਬੁਲਾਊਗਾ ਅਸੀਂ ਜਾਵਾਂਗੇ ਔਰ ਰਾਏ ਕਰਾਂਗੇ, ਪਰ ਇਸ ਗੱਲ 'ਤੇ ਕਿ ਜਿਹੜਾ ਤੁਹਾਡਾ ਅਧਿਕਾਰ ਨਹੀਂ ਉਹਨੂੰ ਰੱਦ ਕਰੋ, ਅਤੇ ਅਸੀਂ ਆਰਾਮ ਨਾਲ ਆਪੋ ਆਪਣੇ ਘਰਾਂ ਨੂੰ ਜਾਈਏ, ਕਿਉਂ ਠੰਡ 'ਚ ਬੈਠੀਏ? ਸਰ ਬਹੁਤ ਬਹੁਤ ਧੰਨਵਾਦ ਜੀ। ਸੋ ਕਿਸਾਨਾਂ ਕੋਲ ਸਾਫ਼ ਕਹਿਣਾ ਜੀ, ਜੋ ਚਿੱਠੀ ਭੇਜੀ ਗਈ ਆ ਉਸ ਚਿੱਠੀ ਦੇ ਵਿੱਚ ਨਵਾਂ ਤਾਂ ਕੁਝ ਵੀ ਨਹੀਂ ਹੈ, ਅਤੇ ਨਾਲ ਦੀ ਨਾਲ ਜਿਹੜੀ ਕਿਸਾਨ ਆਗੂਆਂ ਨੂੰ ਤਰੀਕ ਤੈਅ ਕਰਨ ਲਈ ਕਿਹਾ ਗਿਆ, ਉਹਦਾ ਕਹਿਣਾ ਹੈ ਕਿ ਉਹ ਸੰਘਰਸ਼ ਕਰ ਰਹੇ ਨੇ, ਉਹ ਸੰਘਰਸ਼ੀ ਲੋਕ ਨੇ, ਕੇਂਦਰ ਸਰਕਾਰ ਜੇ ਗੱਲਬਾਤ ਕਰਨਾ ਚਾਹੁੰਦੀ ਹੈ ਤਾਂ ਤਰੀਕ ਉਹ ਆਪਣੇ ਵੱਲੋਂ ਤੈਅ ਕਰਕੇ ਦੇਵੇ, ਜਿਵੇਂ ਪਿਛਲੀਆਂ ਮੀਟਿੰਗਾਂ ਦੇ ਲਈ ਤਰੀਕ ਤੈਅ ਕੀਤੀ ਗਈ ਸੀ। ਕੈਮਰਾ ਪਰਸਨ ਜੱਗੀ ਦੇ ਨਾਲ ਕੁਲਵਿੰਦਰ ਸਿੰਘ, ਜਸ ਪੰਜਾਬੀ, ਦਿੱਲੀ।